ਕਰਨ ਦੇ ਲਈ ਜਿੰਨੀ ਵੀ ਸਾਧ ਸੰਗਤ ਵੀਰ ਬਜ਼ੁਰਗ ਮਾਤਾਵਾਂ ਬੱਚੇ ਪੈਣਾ ਸਾਰੀ ਸਾਧ ਸੰਗਤ ਸਾਡੇ ਰੱਬ ਲੋਕ ਜਿੰਨੇ ਵੀ ਫਕਰ ਰੂ ਇਸ ਮੁਬਾਰਕ ਮੌਕੇ ਲਈ ਸਾਰੇ ਤਸ਼ਰੀਫ ਫਰਮਾਏ ਬੜੀ ਮੁਬਾਰਕ ਘੜੀ ਹੈ ਘੜੀ ਘੜੀ ਵਿੱਚ ਲੱਖਾਂ ਦਾ ਫਰਕ ਆਉਂਦਾ ਹੈ ਜੱਗ ਤੇ ਬੇਸ਼ੁਮਾਰ ਘੜੀਆਂ ਇੱਕ ਘੜੀ ਜੋ ਟਾਈਮ ਦਾ ਪਤਾ ਦੱਸੇ ਕਿ ਵਿਕਦੀਆਂ ਪਾਸ ਬਾਜ਼ਾਰ ਘੜੀਆਂ ਇੱਕ ਘੜੀ ਵਿਛੋੜਦੀ ਸੱਜਣ ਨੂੰ ਵਿਛੜੇ ਮਿਲਾਉਂਦੀ ਆਣ ਘੜੀਆਂ ਜਿਹੜੀ ਘੜੀ ਅੰਦਰ ਅੱਜ ਤੁਸੀਂ ਜੁੜੇ ਬੈਠੇ ਮਿਲਦੀਆਂ ਰਹਿਣ ਇਹ ਵਾਰ ਵਾਰ ਘੜੀਆਂ ਕਿਉਂਕਿ ਜਿਸ ਪੱਤਰਾਂ 'ਚ ਪਾਣੀ ਲੰਘਿਆ ਫੇਰ ਨਾ ਲੰਘਣਾ ਪਲਕੇ ਬੇਰੀ ਦਾ ਬੂਰ ਤਿਰੰਜਿਆਂ ਦੀ ਕੁੜੀਆਂ ਮੁੜਨਾ ਬੈਠਣ ਨਾਲ ਕਿਸੋ ਬੜੇ ਭਾਗਾ ਵਾਲੇ ਜਿਹਨਾਂ ਨੇ ਇਸ ਲੱਖਣੀ ਘੜੀ ਨਸੀਬ ਹੋਈ ਹੈ ਸਾਡੇ ਪੰਜਾਬ ਦੀ ਧਰਤੀ ਸਾਡੇ ਹਿੰਦੁਸਤਾਨ ਦੀ ਧਰਤੀ ਗੁਰੂਆਂ ਦੀ ਪੀਰਾਂ ਦੀ ਪੈਗੰਬਰਾਂ ਦੀ ਰਿਸ਼ੀਆਂ ਮੁਨੀਆਂ ਔਲੀਆਂ ਦੀ ਧਰਤੀ ਸਾਡਾ ਪੰਜਾਬ ਮਾਂ ਬੋਲੀ ਹੈ ਪੰਜਾਬੀ ਨੇ ਤੈਨੂੰ ਅਰਗ ਚੜਾਉਣ ਨੂੰ ਜੀ ਕਰਦਾ ਤੂੰ ਨਾ ਹੁੰਦੀ ਮੈਂ ਨਾ ਹੁੰਦਾ ਤੇਰੇ ਬਿਨਾਂ ਮੈਂ ਜੀ ਕੇ ਕੀ ਕਰਦਾ ਤੇਰੀ ਜੈ ਪੰਜਾਬੀ ਮਾਤਾ ਤੇਰੇ ਪੂਜੇ ਚਰਨੇ ਵਿਧਾਤਾ ਲੋਹਰੀਆਂ ਕਾਗਾ ਲਾਡਲ ਡਾਮੇ ਘੋੜੀਆਂ ਕਾਗਾ ਵਿਆਰ ਜਾਵੇ ਮਰਨ ਸਮੇਂ ਵੀ ਵਹਿਣ ਤੂੰ ਪਾਵੇਂ ਐਸਾ ਪੱਕਾ ਨਾਤਾ ਤੇਰੀ ਜੈ ਪੰਜਾਬੀ ਮਾਤਾ ਪੈਗੰਬਰਾਂ ਦੀ ਧਰਤੀ ਪੀਰਾਂ ਦੀ ਰਿਸ਼ੀਆਂ ਮੁੰਨਿਆਂ ਦੀ ਧਰਤੀ ਸਾਡਾ ਪੰਜਾਬ ਦਰਬਾਰ ਧੰਨ ਧੰਨ ਗੁੱਗਾ ਜਹਰ ਪੀਰ ਜੀ ਪਿੰਡ ਪੌਰਾ ਸਮੂਹ ਸਾਰੀ ਸਾਧ ਸੰਗਤ ਦੇ ਮੈਂ ਮਸ਼ਹੂਰ ਹੈ ਜਿਹਨਾਂ ਨੇ ਤੁਹਾਡੇ ਰੱਬ ਲੋਕਾਂ ਨੇ ਦਰਸ਼ਨ ਕਰਨ ਦਾ ਮੌਕਾ ਅਸੀਂ ਮਾਣ ਮਹਿਸੂਸ ਕਰ ਰਹੇ ਹਾਂ ਬੜਾ ਇਸ ਲੱਗ ਦੇ ਵਿੱਚ ਆ ਕੇ ਬਹੁਤ ਪਿਆਰੀ ਸਾਉਣ ਦਾਰਾ ਸਾਉਣ ਇਸ ਇਲਾਕੇ ਦੀ ਬੜੀ ਮੰਨੀ ਪ੍ਰਵੰਨੀ ਸਾਉਂਡ ਹੈ ਬੰਗਿਆ ਤੋਂ ਮਸ਼ਹੂਰ ਹੈ ਮੈਂ ਇਹਨਾਂ ਦਾ ਵੀ ਜਿਹੜੇ ਸਾਰੇ ਕਲਾਕਾਰਾਂ ਦੀ ਆਵਾਜ਼ ਬਖੂਬੀ ਤੁਹਾਡੇ ਕੰਨਾਂ ਤੱਕ ਪਹੁੰਚਾ ਰਹੇ ਨੇ ਸਾਡੇ ਮੀਡੀਆ ਤੋਂ ਪੱਤਰਕਾਰ ਸਾਹਿਬਾਨ ਸਾਡੇ ਮੂਵੀ ਮੇਕਰ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਭਾਅ ਜੀ ਰਮੇਸ਼ ਪ੍ਰਮੋਟਰ ਜੀ ਮੰਨਣ ਹਾਨਾ ਤੋਂ ਇਹਨਾਂ ਦਾ ਵੀ ਵਿਸ਼ੇਸ਼ ਤੌਰ 'ਤੇ ਥੈਂਕਸ ਕਰੂੰਗਾ ਸੋ ਉਹ ਆਵਾਜ਼ ਜੋ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਜਿਹਨਾਂ ਦੇ ਪਰਿਵਾਰਕ ਸੱਭਿਆਚਾਰ ਮਿਆਰੀ ਗੀਤਾਂ ਨੂੰ ਇੱਕ ਮਰਦਾਂ ਵਾਲੀ ਇੱਕ ਮਰਦਾਨਗੀ ਗਾਇਕੀ ਨੂੰ ਤੁਸੀਂ ਝੋਲੀਆਂ ਨਹੀਂ ਬਲਕਿ ਪੰਡਾ ਭਰ ਭਰ ਕੇ ਪਿਆਰ ਦਿੱਤਾ ਉਹਨਾਂ ਦੇ ਗੀਤਾਂ ਨੂੰ ਜੱਟ ਨੂੰ ਰੜਕ ਤੀਵੀ ਨੂੰ ਮੜ ਕੇ ਬੈਲੀ ਨੂੰ ਮੜ ਕੇ ਦੇਤਾ ਮਾਰੀ ਜਾਂਦੇ ਨੇ ਜਦੋਂ ਇੱਕੀ ਪਾਉਣੀ ਸ਼ਰੀਕ ਤਾਂ ਇਕੱਤੀ ਪਾਉਣੀ ਪੈਂਦੀ ਹੈ ਇੱਕ ਮਾੜਾ ਹਥਿਆਰ ਦੂਜਾ ਮੁੱਲ ਦਾ ਪਿਆਰ ਤੀਜਾ ਕੌਲੀ ਚੱਟ ਯਾਰ ਨਹੀਂ ਉਹ ਲੱਗੀਆਂ ਨਿਭਾਉਂਦੇ ਮੈਂ ਲੁੱਟੀ ਗਏ ਨਨਾਣੇ ਨਹੀਂ ਮੇਰਾ ਰਾਂਝਾ ਜੋਗੀ ਹੋ ਗਿਆ ਬੋਲ ਕਲਹਿਰੀਆਂ ਮੋਹਰਾਂ ਦੇ ਵਿੱਚ ਭਰਜਾਈਆਂ ਦੇ ਆਹ ਕੰਮ ਕਰਕੇ ਫੇਰ ਬੈਠ ਤੂੰ ਜਾਈ ਬਾਬਾ ਜੀ ਗੱਲਾਂ ਪਿਆਰ ਦੀਆਂ ਸਾਡੇ ਨਾਲ ਕੀਤੀਆਂ ਸੀ ਜੋ ਭੁੱਲ ਜਾਣ ਵਾਲੇ ਆ ਵੀ ਤੈਨੂੰ ਇੱਕ ਵਾਰੀ ਉਹ ਗੱਲਾਂ ਯਾਦ ਕਰਵਾਵਾਂ ਕਿਤੇ ਟੱਕਰੇ ਜੇ ਗੱਲਾਂ ਤੈਨੂੰ ਰੱਜ ਕੇ ਰਵਾਵਾਂ ਕਿਤੇ ਟੱਕਰੇ ਜੇ ਗੱਲਾਂ 12 ਡੱਬੇ ਲੱਗੇ ਨੇ ਬਠਿੰਡੇ ਵਾਲੀ ਰੇਲ ਨੂੰ ਜਿਵੇਂ ਕੋਈ ਮਾਰੂ ਹਥਿਆਰ ਮਾਰਦਾ ਵੈਰੀਓ ਮੈਂ ਬਣ ਕੇ ਹਜ਼ਾਰ ਮਾਰਦਾ ਹੱਥ ਜਿਵੇਂ ਕਿਸੇ ਨਾਲ ਲਾਈ ਮਰ ਜਾਂਦੀ ਹੈ ਜਾਂ ਫਿਰ ਚੰਦਰੀ ਜੁਦਾਈ ਮਰ ਜਾਂਦੀ ਹੈ ਇੱਕ ਪਾਸੇ ਹੋ ਗਏ ਦਾਦਕੇ ਦੂਜੇ ਪਾਸੇ ਤੋਂ ਨਾਨਕੇ ਆਏ ਜਿਹੜੇ ਵਿੱਚੋਂ ਵਿੱਚ ਗੋਡੇ ਗੋਡੇ ਸੜਦੇ ਨੇ ਜਿਉਂਦੇ ਰਹਿਣ ਗੰਦੇ ਲੀੜੇ ਟੁੱਟੇ ਵੀੜੇ ਹੁਣ ਨਹੀਂ ਪਿੰਡ ਦੇ ਲੋਕਾਂ ਦੇ ਅਸੀਂ ਜਿਨ੍ਹਾਂ ਲਈ ਸੀ ਕਰਦੇ ਦਵਾਵਾਂ ਉਹ ਹੀ ਸਾਨੂੰ ਮਾਰ ਗਏ ਔਰ ਹਾਲੀ ਚੱਲੀ ਜੋ ਹੋਈ ਟੇਪ ਤਿੰਨ ਗੱਲਾਂ ਕੈਸਾ ਕੱਲ ਜੁਗ ਆਇਆ ਤਿੰਨ ਗੱਲਾਂ ਜੱਟ ਦੀਆਂ ਹੁਣ ਪੂਰੀਆਂ ਤੇ ਫਿਰ ਜੱਟ ਨਾ ਹਾਰੇ ਸਾਰੇ ਗੀਤ
हेलो 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 सब तो पहले छोटी जी कलाकार वालों साड़ी छोटी जी पार्टी वालों उस परमात्मा उस वाहिगुरु उस दाते की रजा लेंदे हुए फतेह बुलाइए वाहिगुरु जी का खालसा श्री वाहिगुरु जी की फतेह। तन तन गुगा जहर पीर जी के दरबार से मेला करवाया जा रहा है जी। समूह सेवादार नगर निवासी भौरा निवासी जिन्हिया भी सत्कारयोग हस्तियां भौरा निवासियों के अंदर आउंदियां ने एक ही हस्ती के असीं तहे दिलों शुक्रगुजार हाँ जी। तो साढ़े मीडिया तो साढ़े मूवी मेकरस फोटोग्राफरस पत्रकार साहबान जो बाबा जी के दरबार से अपनी सेवा लिए आए हुए हैं असं उन्होंने भी जो है कहने शुक्रगुजार हाँ। दारा साउंड सर्विस जो कलाकारों की आवाज़ को स्रोतों के कानों तक पहुँचाती है माँ सरस्वती बाबा विश्वकर्मा जी दुगुनी राज चौगुनी तरक्की बख्शन तो जिन्हों की बदौलत बाबा जी के दरबार से सेवा करने का मौका मिले सरदार बलविंदर सिंह काका जी कनेडा तो साढ़े जीत भारत जी स्वीट हाउस सरी तो मैं ऐ लगता भी मेरे पिंड आए हो सरी तो एपसपोर्ट तो बख्शे बुलंदियाँ बख्शे माँ बाप का साया हमेशा उन्होंने बेटिया के सिर पर रहे साढ़े सत्कार युग जो राइट हैंड खड़े ने जी हमेशा बहुत सारा प्यार ते सत्कार देंगे ने जी। रमेश प्रमोटर मानन हाना तो बहुत सारा प्यार ते सत्कार बख्शिया जी फिर तो इन्होंने इलाकों से बुला के सत्कार देंगे ने असी तहे दिलों शुक्रगुजार हाँ जी। सामने साढ़े फकीर लोग साई लोग बैठे ने ते थोड़ी इजाज़त होवे जी थोड़ा आशीर्वाद हमेशा कोई भी कलाकार गाँव उन उस सिर वो सिर पर हो फिर एक अबली जी कृपा हो जाती है मेरे तो पहला साढ़े वर्ल्ड के बड़े फेमस कलाकार सुरेंद्र शिंदा जी उन्होंने बेटा जी गा के गए ने मैं दुआ दिनी कि परमात्मा उन्होंने पापा मांगी उन्होंने तरक्कियां बुलंदियां बख्शे। मेरे तो बाद अज के जो सुपरस्टार ने गुरनाम भुल्लर जी उन्होंने भी अपनी हाजिरी लानी है। मैं जिंदगी बहुत अच्छे बुरे मौके वेखे पर मैं एक गल कहनी हूँ भी मैं स्टार कदे नहीं बनना चाहती होंगी मैं कलाकार हमेशा बनना चाहती हूँ। कहते स्टार तारे नू कहते हैं तो कहते तारे नू हमेशा टुटने का खतरा रहता है जिन्नी उच्ची इमारत होंगी है उन्हें खतरा बद रहा है तो झुंबी भावें तूफान भी आ जाए कितना कित आपदा आप बचा लेंगे तो मैं चाहनी हूँ कि परमात्मा मैंने वो झुंबी बना के रखी जी तूफाना च भी आपदे आप सेफ रख सके तो तू उन्हों बचा सके। स्टेज की शुरुआत कर लगे जी पीर फकीर के दरबार से आए हैं क्यों ना उन्होंने नाँ के नाल ही स्टेज की शुरुआत की जाए। आम करके एक शब्द पीर फकीर के दरबार से सरदार साहब आम ही आप सुनते हैं फकीर कहते जेडे फिकर फके ना फक जे एक शब्द आता जी सरकार। मैं परसों भी दो तीन स्टेजा से इस सवाल मेरे दिमाग च आया भी आप कहने जी फलां डेरे की सरकार आई है था फलां डेरे की सरकार आई है सरकार आई है सरकार आई है पर मैं पूछा भी सरकार का मतलब की है आप क्यों उन्होंने सरकार कहने फकीर का तो अपन पता लग गया भी जिहड़ा दुनिया के सारे फिकर फक्का मार जे उन्होंने दुखों का मतलब ही नहीं आप सरकार कहने भी सरकार आई ने जी सरकार आई है क्यों कहने वो अर्थ बहुते लोगों को नहीं पता एक दूजे के मगर लग के सरकार 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 आप कही जाने सही मायने च इंग्लिश सॉल्व कह देंगे ने ते शुद्ध पंजाबी सर कह देंगे ने कहते जिहड़ा किसी भी मुश्किल नूं सर कर सके किसी भी काम नूं आसान कर सके हल कर सके उन्हूं सरकार कहते ने जी। कहते कोई भी शब्द बोलना होवे जे उहदा अर्थ पता होवे ना तो इतों तक वो जोड़ा शब्द है वह उतर जाता है सही मायने सरकार अपने हिंदुस्तान की सरकार है वो आप क्यों बनाई है कुछ बंद कम्यूनिटी कट्ठी करके बनाई है कि वह साढ़े मुल्क के कामों सर कर सकन हल कर सकन आसान कर सकन ता आप फकीर लोगों को सरकार कहने कि साड़िया मुश्किल मुश्किलों अपने भगतों दिया सारिया प्रॉब्लमों ये सर कर सकन हल कर सकन सॉल्व कर सकन। मैं सारी दसता तो इन्हों का आशीर्वाद हमेशा रहे लाल मेरी पत रखियो भला झूले लालन सिदड़ी दसे बड़दा सखी शहबाज कलंदर अली दम दम दे अंदर दमा दम मस्त कलंदर रखियो
झूले नाल सिंदड़ी दा सेवन दा सखी शहबाज कलंदर अली दम दम दे अंदर दमा दम मस्त कलंदर कहते जदों परमात्मा का वासा सां सां च हो जाए फिर बंदा मस्त कलंदर हो जाता है दुनिया तो बेखबर हो जाता है तो जो बंदा मस्त कलंदर हो जाता है फिर गुरु का प्यारा हो जाता है तो उसका पहला नंबर हो जाता है अली दम दम दें दमा दम मस्त कलंदर अली दा पहला नंबर जहरा पीर के दरबार से आए आप कहने जी सब तो बड़ा दरबार है जहरा पीर जहर का मतलब है आप कहने ना जे तेरे दिल चा कुछ जाहर करके दिखा जेड़ा तेरे मन च जाहर करके दिखा ए ओ पीर है जेड़ा बहुत जल्दी मानदा भी है ते जाहर करके भी दिखांदा है हो लाल मेरी पत रखो बाला झूले लाल लाल मेरी पत
अल्लाह उस वाहिगुरु उस परवदिगार उस दाते दी एजाज स्टेज की शुरुआत कर लगे जरा गीता ने मेरे को लोक गायिका बनाया बहुत सारा प्यार स्रोतों का मिले मैं उस थैंक यू मैं उस परमात्मा की बहुत ज्यादा ऋणी हाँ राजे परमात्मा ने मेरे शक्ल सूरत बड़ी सादी जी बख्शी पर जी मथे की लकीर है वह बड़ी खूबसूरत दी साढ़े सियाण का कहना है कहते जदों परमात्मा इनू खूबसूरत कर दे शायद मेरे वर्गे सादे बरादे चेहरे भी दगन लग जाते हैं कहते जो आप बड़रूप हो जाए ये बेशकली हो जाए
ਉਦੋਂ ਕੋਈ ਨਹੀਂ ਪੁੱਛਦਾ। ਫਿਰ ਮੈਂ ਸੋਹਣੀਆਂ ਤੋਂ ਸੋਹਣੀਆਂ ਮੂਰਤਾਂ ਮਿੱਟੀ 'ਚ ਮਿਲਦੀਆਂ ਵੇਖੀਆਂ ਨੇ। ਕਹਿੰਦੇ ਜਿਸ ਇਨਸਾਨ ਦੀ ਕਿਸਮਤ ਖੂਬਸੂਰਤ ਹੈ, ਕਿਸਮਤ ਦਾ ਚਾਨਣ ਭੈਣ ਜੀ ਇੱਕ ਐਸੀ ਚੀਜ਼ ਹੈ, ਉਸ ਚਾਨਣ ਹੇਠ ਬੰਦੇ ਦੀਆਂ ਸਾਰੀਆਂ ਕਮੀਆਂ ਲੁਕ ਜਾਂਦੀਆਂ, ਕਿਸੇ ਨੂੰ ਨਜ਼ਰ ਨਹੀਂ ਆਉਂਦੀਆਂ। ਕਹਿੰਦੇ ਕਿਸਮਤ ਕਦੋਂ ਖੂਬਸੂਰਤ ਬਣਦੀ ਹੈ? ਜਦੋਂ ਬੰਦੇ ਕੋਲ ਦੋ ਚੀਜ਼ਾਂ ਖੂਬਸੂਰਤ ਨੇ, ਇੱਕ ਬੰਦੇ ਦੀ ਸੋਚ ਅਤੇ ਇੱਕ ਬੰਦੇ ਦੇ ਕਰਮ। ਇਹ ਦੋਨੇ ਰਲ ਕੇ ਬੰਦੇ ਨੂੰ ਇੰਨਾ ਸੋਹਣਾ ਬਣਾ ਦਿੰਦੀਆਂ ਨੇ ਕਿ ਦੁਨੀਆਂ ਛੱਡਣ ਤੋਂ ਬਾਅਦ ਵੀ ਉਸ ਇਨਸਾਨ ਦੀ ਸੁੰਦਰਤਾ ਦੇ ਚਾਚੇ ਇਹ ਦੁਨੀਆਂ ਵਾਲੇ ਕਰਦੇ ਨੇ। ਬਾਕੀ ਮੁੱਠੀ ਅਤੇ ਜੀਭ ਨੂੰ ਸਾਡੇ ਸਿਆਣੇ ਕਹਿੰਦੇ ਨੇ ਹਮੇਸ਼ਾ ਸਮਾਂ ਦੇਖ ਕੇ ਖੋਲੋ। ਜੋ ਲੋਕ ਮੁੱਠੀ ਅਤੇ ਜੀਭ ਨੂੰ ਬੇਵਕਤਾ ਖੋਲ ਦਿੰਦੇ ਨੇ, ਦੇਖ ਕੇ ਨਹੀਂ ਖੋਲਦੇ, ਉਹ ਕਦੇ ਨਾ ਕਦੇ ਜ਼ਰੂਰ ਤਿਲਕਦੇ ਨੇ। ਇਸੇ ਕਰਕੇ ਸ਼ਾਇਰ ਨੇ ਬਹੁਤ ਵਧੀਆ ਲਿਖਿਆ ਕਿ ਮੁੱਠੀ ਬੰਦ ਦੀ ਲੋਕੋ ਬੜੀ ਕੀਮਤ, ਮੁੱਠੀ ਬੰਦ ਦੀ ਲੋਕੋ ਬੜੀ ਕੀਮਤ, ਇੱਜ਼ਤ 'ਤੇ ਪਰਦਾ ਰਹੇ ਤਾਂ ਚੰਗਾ ਹੈ। ਮੁੱਠੀ ਬੰਦ ਦੀ ਲੋਕੋ ਬੜੀ ਕੀਮਤ, ਇੱਜ਼ਤ 'ਤੇ ਪਰਦਾ ਰਹੇ ਤਾਂ ਚੰਗਾ ਹੈ। ਕਹਿੰਦੇ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ, ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ, ਬੰਦਾ ਕੰਮ ਕਰਦਾ ਰਹੇ ਤਾਂ ਚੰਗਾ ਹੈ। ਕਿਸੇ ਨੂੰ ਯਾਦ ਕਰਕੇ ਰੋਣ 'ਚ ਬੜਾ ਸਵਾਦ ਆਉਂਦਾ ਹੈ, ਕਿਸੇ ਨੂੰ ਯਾਦ ਕਰਕੇ ਰੋਣ 'ਚ ਬੜਾ ਸਵਾਦ ਆਉਂਦਾ ਹੈ, ਕਦੇ ਕਦੇ ਆ ਦਿਲ ਭਰਦਾ ਰਹੇ ਤਾਂ ਚੰਗਾ ਹੈ। ਕਹਿੰਦੇ ਬੰਦੇ ਕੋਲੋਂ ਮੰਗਣਾ ਹੁੰਦਾ ਮੌਤ ਬਰਾਬਰ, ਬੰਦੇ ਨੂੰ ਬੰਦੇ ਤੋਂ ਮੰਗਣਾ ਬਹੁਤ ਔਖਾ ਹੈ, ਬਹੁਤ ਔਖਾ। ਅਤੇ ਇਸ ਅੱਲਾ ਤੋਂ, ਉਸ ਵਾਹਿਗੁਰੂ ਤੋਂ, ਸਤਨਾਮ ਤੋਂ ਆਪਾਂ ਸਾਰੀ ਉਮਰ ਮੰਗਦੇ ਹਾਂ, ਪਰ ਇੱਕ ਵਾਰੀ ਵੀ ਖਿਆਲ ਨਹੀਂ ਆਉਂਦਾ ਵੀ ਬਸ ਕਰ ਹੁਣ ਬਹੁਤ ਮੰਗ ਲਿਆ। ਜਦ ਤੱਕ ਆਪਾਂ ਅਰਥੀ 'ਤੇ ਨਹੀਂ ਪਹੁੰਚਦੇ ਉਦੋਂ ਤੱਕ ਮੰਗਦੇ ਹਾਂ ਪਰਮਾਤਮਾ ਤੋਂ। ਪਰ ਬੰਦੇ ਨੂੰ ਜੇ ਬੰਦੇ ਤੋਂ ਇੱਕ ਵਾਰੀ ਵੀ ਮੰਗਣਾ ਪੈ ਜਾਏ ਨਾ, ਬੰਦਾ ਖਰਬਾ ਵਾਰੀ ਮਰਦਾ। ਕਹਿੰਦੇ ਪਹਿਲਾਂ ਮੇਰੇ ਵਰਗਾ ਉਹ ਮਰ ਗਿਆ ਜਿਹੜਾ ਮੰਗਣ ਨਿਕਲਿਆ, ਉਹਦੇ ਬਾਅਦ ਉਹ ਮਰ ਗਿਆ ਜਿਹਨੇ ਮੰਗਣ ਗਏ ਨੂੰ ਠੋਕਰ ਮਾਰੀ। ਇਸੇ ਕਰਕੇ ਬੰਦੇ ਨੂੰ ਬੰਦੇ ਤੋਂ ਮੰਗਣਾ ਬਹੁਤ ਔਖਾ। ਕਿਸੇ ਸ਼ਾਇਰ ਨੇ ਬਹੁਤ ਵਧੀਆ ਲਿਖਿਆ, ਬੰਦੇ ਤੋਂ ਮੰਗਣਾ ਹੁੰਦਾ ਮੌਤ ਬਰਾਬਰ, ਰੱਬ ਵੱਲੋਂ ਹੀ ਸਰਦਾ ਰਹੇ ਤਾਂ ਚੰਗਾ ਏ। ਕਹਿੰਦੇ ਦਾਤੇ ਵੱਲੋਂ ਹੀ ਸਰਦਾ ਰਹੇ ਤਾਂ ਚੰਗਾ ਏ, ਉਹਦੇ ਵੱਲੋਂ ਹੀ ਸਰਦਾ ਰਹੇ ਤਾਂ ਚੰਗਾ ਏ। ਕਿਉਂਕਿ ਗਰੀਬੀ ਦੇ ਦੌਰ 'ਚ ਮੈਂ ਬੜੇ ਰਿਸ਼ਤਿਆਂ ਤੋਂ ਮੰਗ ਮੰਗ ਦੇਖ ਲਿਆ ਸੀ। ਹੁਣ ਮੈਨੂੰ ਕੋਈ ਗਾਉਣ ਵਾਲੀ ਕਹਿੰਦਾ, ਕੋਈ ਕਹਿੰਦਾ ਸਾਡੀ ਰਿਸ਼ਤੇਦਾਰ ਨਹੀਂ, ਕੋਈ ਕਹਿੰਦਾ ਸਾਡੇ ਨਾਲ ਵਰਤੋ ਨਾ, ਸਾਡੇ ਨਾਲ ਇਹ ਨਾ ਕਰੋ, ਉਹ ਨਾ ਕਰੋ। ਉਸ ਦੌਰ 'ਚ ਮੈਂ ਬਹੁਤ ਮੰਗ ਮੰਗ ਵੇਖ ਲਿਆ, ਅਤੇ ਜਦੋਂ ਕਿਸੇ ਦੇ ਦਰਵਾਜ਼ੇ 'ਤੇ ਰਿਸ਼ਤੇਦਾਰ 'ਤੇ ਜਾਈਦਾ ਸੀ, ਉਹ ਪਹਿਲਾਂ ਹੀ ਘੁੱਟਣ ਅੱਖਾਂ 'ਤੇ ਤਿਉੜੀਆਂ ਪਾ ਲੈਂਦਾ ਸੀ ਵੀ ਹੁਣ ਆਏ ਨੇ, ਅਤੇ ਭਾਵੇਂ ਨਾ ਹੀ ਮੰਗਣ ਜਾਂਦੇ ਵੀ ਕੁਝ ਸ਼ਾਇਦ ਮੰਗਣ ਹੀ ਆਏ ਨੇ। ਫਿਰ ਰੋਜ਼ ਦੀ ਮੰਗ ਨਾਲੋਂ ਜਿਹੜੀ ਪਰਮਾਤਮਾ ਨੇ ਕਲਾ ਦਿੱਤੀ ਸੀ, ਮੈਂ ਉਹਨੂੰ ਸਟੇਜ 'ਤੇ ਲਿਆਈ, ਅਤੇ ਹੁਣ ਜਦੋਂ ਖਾਈਦਾ ਪਈਦਾ ਆਪਦੇ ਭੈਣ ਭਰਾਵਾਂ ਨਾਲ, ਆਪਦੇ ਪਰਿਵਾਰ ਨਾਲ ਬੈਠੀਦਾ, ਉਦੋਂ ਇੱਕ ਵਿਸ਼ਵਾਸ ਹੁੰਦਾ ਵੀ ਆਪ ਕਮਾ ਕੇ ਲਿਆਂਦਾ, ਕਿਸੇ ਤੋਂ ਮੰਗ ਕੇ ਨਹੀਂ ਲਿਆਂਦਾ। ਅਤੇ ਇਹਦੇ 'ਚ ਵੱਖਰਾ ਹੀ ਨਜ਼ਾਇਆ। ਕਿਸੇ ਸ਼ਾਇਰ ਨੇ ਬਹੁਤ ਵਧੀਆ ਲਿਖਿਆ ਕਿ ਮੰਗ ਮੈਂ ਪਿੱਤਲ ਦੇ ਬਰਤਨਾਂ ਤੋਂ ਵਰਤੇ ਆਪਣਾ ਮਿੱਟੀ ਦਾ ਘੜਾ ਚੰਗਾ, ਮੰਗ ਮੈਂ ਪਿੱਤਲ ਦੇ ਬਰਤਨਾਂ ਤੋਂ ਵਰਤੇ ਆਪਣਾ ਮਿੱਟੀ ਦਾ ਘੜਾ ਚੰਗਾ। ਕਹਿੰਦੇ ਜਿਸ ਥਾਂ 'ਤੇ ਬੈਠੇ ਬੰਦੇ ਦੀ ਹੋਵੇ ਹਾਨੀ, ਜਿਸ ਥਾਂ 'ਤੇ ਬੈਠੇ ਬੰਦੇ ਦੀ ਹੋਵੇ ਹਾਨੀ, ਉਸ ਥਾਂ ਨਾਲੋਂ ਬੰਦਾ ਘੜਾ ਚੰਗਾ। ਮੰਗ ਮੈਂ ਪਿੱਤਲ ਦੇ ਬਰਤਨਾਂ ਤੋਂ ਵਰਤੇ ਆਪਣਾ ਮਿੱਟੀ ਦਾ ਘੜਾ ਚੰਗਾ। ਕਹਿੰਦੇ ਜਿਸ ਥਾਂ 'ਤੇ ਬੈਠੇ ਬੰਦੇ ਦੀ ਹੋਵੇ ਹਾਨੀ, ਜਿਸ ਥਾਂ 'ਤੇ ਬੈਠੇ ਬੰਦੇ ਦੀ ਹੋਵੇ ਹਾਨੀ, ਉਸ ਥਾਂ ਨਾਲੋਂ ਬੰਦਾ ਖੜਾ ਚੰਗਾ। ਕਿਸੇ ਜ਼ਾਲਮ ਦੀਆਂ ਮਹਿਲ ਅਟਾਰੀਆਂ ਨਾਲੋਂ, ਕਿਸੇ ਜ਼ਾਲਮ ਦੀਆਂ ਮਹਿਲ ਅਟਾਰੀਆਂ ਨਾਲੋਂ, ਕਿਸੇ ਅਬਦੁਲ ਫਕੀਰ ਦਾ ਖੜਾ ਚੰਗਾ। ਕਹਿੰਦੇ ਮਾੜੀ ਔਰਤ ਨਾ ਬੰਦੇ ਦੇ ਪਵੇ ਪੱਲੇ, ਭਾਵੇਂ ਉਹ ਭੈਣ ਹੋਵੇ, ਭਾਵੇਂ ਉਹ ਪਤਨੀ ਹੋਵੇ, ਭਾਵੇਂ ਉਹ ਮਾਂ ਹੋਵੇ, ਭਾਵੇਂ ਉਹ ਬੇਟੀ ਹੋਵੇ। ਹੈ ਨਾ ਜੀ, ਖਾਸ ਕਰਕੇ ਪਤਨੀ ਦਾ ਦਰਜ਼ਾ ਆਪਾਂ ਇਹ ਸੋਚਦੇ ਹਾਂ ਵੀ ਉਹਨੇ ਪੀੜ੍ਹੀ ਅੱਗੇ ਵਧਾਉਣੀ ਹੁੰਦੀ ਹੈ। ਮਾੜੀ ਔਰਤ ਨਾ ਕਿਸੇ ਦੇ ਸੰਗ ਹੋਵੇ, ਇਹਦੇ ਨਾਲ ਉਹ ਤਾਂ ਬੰਦਾ ਇਕੱਲਾ ਹੀ ਚੱਲਦਾ ਜੀ। ਕਿਉਂ ਭੈਣ ਜੀ, ਮੰਗਵੀਂ ਚੀਜ਼ ਦੁੱਖ ਦਿੰਦੀ ਹੈ ਨਾ। ਮੰਗਵਾਂ ਸੂਟ ਵਿਆਹ 'ਚ ਪਾ ਜਾਓ ਨਾ, ਅਤੇ ਬੰਦਾ ਰੱਜ ਕੇ ਵਿਆਹ ਨਹੀਂ ਵੇਖ ਸਕਦਾ ਵੀ ਆਈਸਕ੍ਰੀਮ ਨਾ ਡੁੱਲ ਜੇ, ਚਟਨੀ ਨਾ ਡੁੱਲ ਜੇ, ਅਤੇ ਆਪਦਾ ਆਵੇ 200 ਦਾ ਹੀ ਪਾਇਆ ਹੋਵੇ, 500 ਦਾ ਸੂਤੀ। ਵਿਆਹ ਸ਼ਾਦੀ 'ਚ ਬੰਦਾ ਜਾ ਕੇ ਮਾਰ ਕੇ ਭਲੱਥਾ ਭਰ ਕੇ ਪਕੌੜਿਆਂ ਦੀ ਪਲੇਟ ਪਾ ਕੇ ਚਟਨੀ ਨਜ਼ਾਰੇ ਨਾਲ ਖਾਂਦਾ, ਕਿਉਂ ਭੈਣ ਜੀ? ਵੀ ਜੇ ਕੁਝ ਡੁੱਲ ਗਿਆ ਤਾਂ ਆਪਦਾ ਹੀ ਹੈ, ਕਿਹੜਾ ਕਿਸੇ ਨੇ ਅਲਾਂਭਾ ਦੇਣਾ। ਅਤੇ ਇਸੇ ਕਰਕੇ ਇਹ ਚੀਜ਼ਾਂ ਸਾਡੇ ਸਿਆਣੇ ਬਜ਼ੁਰਗ ਉਹਨਾਂ ਤੋਂ ਸਿੱਖਣ ਨੂੰ ਮਿਲਦੀਆਂ ਨੇ। ਸਭ ਤੋਂ ਪਹਿਲਾਂ ਸੋਚੇ ਯਾਰ ਬਿਨਾਂ ਮੇਰਾ ਜੀ ਨਹੀਂ ਲੱਗਦਾ ਇਕੱਲੀ ਦਾ, ਜਿਸ ਗੀਤ ਨਾਲ ਮੈਂ ਸਟੇਜ ਦੀ ਸ਼ੁਰੂਆਤ ਕਰਦੀ ਹਾਂ। ਕਿੱਕਰਾਂ ਵੀ ਲੰਘਿਆ, ਬੇਰੀਆਂ ਵੀ ਲੰਘਿਆ, ਕਲ ਯੁੱਗ ਤਿੰਨੇ ਗੱਲਾਂ ਬੰਦੇ ਦੀਆਂ ਹੋਣ ਪੂਰੀਆਂ ਤਾਂ ਫਿਰ ਬੰਦਾ ਨਾ ਹਰੇ। ਅਸੀਂ ਜਿੰਨਾਂ ਲਈ ਅਸੀਂ ਮੰਗਦੇ ਦੁਆਵਾਂ ਉਹੀ ਉਹ ਸਾਨੂੰ ਮਾਰ ਗਏ। ਜੇ ਕੋਈ ਮਿਹਨਤਾਂ ਨਾ ਕਰਦਾ ਤਰੱਕੀ ਹੋਏ, ਕਾਹ ਤੋਂ ਮਾੜੀ ਨੀਤ ਦੁਨੀਆਂ ਨੇ ਰੱਖੀ ਹੋਏ। ਜੇ ਕੋਈ ਮਿਹਨਤਾਂ ਨਾ ਕਰਦਾ ਤਰੱਕੀ ਹੋਏ, ਕਾਹ ਤੋਂ ਮਾੜੀ ਨੀਤ ਦੁਨੀਆਂ ਨੇ ਰੱਖੀ ਹੋਏ। ਉਹਦਾ ਹੌਸਲਾ ਵਧੇ, ਤਾਰੀਫ ਕਰੀ ਦੀ ਹੁੰਦੀ ਹੈ, ਨਾਲੇ ਸੜੀ ਦਾ ਨਹੀਂ ਹੁੰਦਾ ਰੀਸ, ਕਰੀ ਦੀ ਹੁੰਦੀ ਹੈ, ਨਾਲੇ ਮੱਚੀ ਦਾ ਨਹੀਂ ਹੁੰਦਾ ਰੀਸ, ਕਰੀ ਦੀ ਹੁੰਦੀ ਹੈ। ਕੰਮ ਕਰਦੇ ਬਹੁਤ ਗਲਤੀਆਂ ਹੁੰਦੀਆਂ ਨੇ ਜੀ, ਉਹਨਾਂ ਸਾਰੀਆਂ ਗਲਤੀਆਂ ਦੀ ਮਾਫ਼ੀ ਸਟੇਜ ਦੀ ਸ਼ੁਰੂਆਤ 'ਤੇ। ਸਭ ਤੋਂ ਪਹਿਲਾਂ ਸੋਚੇ ਯਾਰ ਬਿਨਾਂ ਮੇਰਾ ਜੀ ਨਹੀਂ ਲੱਗਦਾ ਇਕੱਲੀ ਦਾ। ਅੱਜ ਤੁਸੀਂ ਆਪਦੀ ਗਾਗਰ ਨਹੀਂ ਲਿਆਂਦੀ ਜੀ, ਲੈ ਕੇ ਆਜੋ ਆਜੋ ਆਜੋ, ਤੁਹਾਡੇ ਬਗੈਰ ਤਾਂ ਰੌਣਕ ਹੀ ਨਹੀਂ ਹੋਣੀ। ਆਜੋ ਬੰਦਾ ਹੋਰ ਹੈ ਜੀ, ਸੱਚੇ ਯਾਰ ਬਿਨਾਂ ਮੇਰਾ
ਸੋ ਤੇਰੀ ਜਿਸ ਤਾਂ ਲਾਗੇ ਸੋ ਤਾਂ ਜਾਣੇ ਇਸ਼ਕ ਬਿਮਾਰੀ। ਕਿਸੇ ਸ਼ਾਇਰ ਨੇ ਬਹੁਤ ਵਧੀਆ ਲਿਖਿਆ ਕਿ ਬਾਗਾਂ ਵਿੱਚ ਮੋਰ ਤੋਤੇ ਝੁਰਮਟਾਂ ਪਾਉਣ ਭਾਵੇਂ ਮਾਲੀ ਦੇ ਹੁੰਦੇ ਆ ਫੁੱਲ ਝੜਨੇ ਨਹੀਂ ਚਾਹੀਦੇ। ਹੁਣ ਤੁਸੀਂ ਫੇਸਬੁੱਕ ਵੇਖ ਲਓ, ਅਖਬਾਰ ਵੇਖ ਲਓ, ਟੈਲੀਵਿਜ਼ਨ ਦੇਖ ਲਓ, ਭੈਣ ਜੀ ਮਾਲੀ ਬੈਠੇ ਤੇ ਫੁੱਲ ਝੜ ਝੜ ਕੇ ਝੋਲੀਆਂ 'ਚ ਡਿੱਗੀ ਜਾਂਦੇ। ਕਹਿੰਦੇ ਜਿਹੜੇ ਮਾਲੀ ਨੇ ਬਗੀਚੀ ਪਾਲੀ ਹੋਵੇ ਨਾ ਤੇ ਉਹੀ ਫੁੱਲ ਜਦੋਂ ਝੋਲੀਆਂ 'ਚ ਡਿੱਗਦੇ ਨੇ ਮਾਲੀ ਦਾ ਫਿਰ ਜਿਉਣਾ ਨਹੀਂ ਹੁੰਦਾ ਕੋਈ। ਭਾਵੇਂ ਉਹ ਨਸ਼ੇ 'ਚ ਡਿੱਗਦੇ ਨੇ, ਭਾਵੇਂ ਕਿਸੇ ਐਕਸੀਡੈਂਟ ਨਾਲ ਡਿੱਗਦੇ ਨੇ, ਭਾਵੇਂ ਕਿਸੇ ਟ੍ਰੈਜਡੀ ਨਾਲ ਡਿੱਗਦੇ ਨੇ, ਪਰ ਮਾਲੀ ਖਤਮ ਹੋ ਜਾਂਦਾ। ਤੁਰਦਾ ਜ਼ਰੂਰ ਹੈ ਮਾਲੀ, ਪਰ ਉਹਦੀ ਉਹ ਤੋਰ 'ਚ ਉਹ ਤੋਰ ਨਹੀਂ ਰਹਿੰਦੀ। ਇਸੇ ਕਰਕੇ ਸ਼ਾਇਰ ਨੇ ਬਹੁਤ ਵਧੀਆ ਲਿਖਿਆ ਕਿ ਬਾਗਾਂ ਵਿੱਚ ਮੋਰ ਤੋਤੇ ਝੁਰਮਟਾਂ ਪਾਉਣ ਭਾਵੇਂ ਮਾਲੀ ਦੇ ਹੁੰਦੇ ਆ ਫੁੱਲ ਝੜਨੇ ਨਹੀਂ ਚਾਹੀਦੇ। ਕਹਿੰਦੇ ਕੱਦੂ ਕਿਉਂ ਤੋਰੀਆਂ ਦੀ ਬਲ ਭਾਵੇਂ ਕਿੱਡੀ ਹੋ ਜਾਏ, ਨਿੰਮ ਤੇ ਕਰੇਲੇ ਕਦੇ
ਚੜਨੇ ਨਹੀਂ ਚਾਹੀਦੇ। ਕਿਉਂ? ਕਿਉਂਕਿ ਇੱਕ ਨਿੰਮ ਕੌੜਾ ਇੱਕ ਕਰੇਲਾ ਕੌੜਾ, ਜਦੋਂ ਦੋ ਕੜਤਣਾ ਇੱਕ ਥਾਂ ਤੇ ਇਕੱਠੀਆਂ ਹੁੰਦੀਆਂ ਨੇ ਫਿਰ ਜ਼ਹਿਰ ਹੀ ਬਣਦੀ ਹੈ, ਅਮਰਤ ਨਹੀਂ ਬਣਦਾ। ਬਾਗਾਂ ਵਿੱਚ ਮੋਰ ਤੋਤੇ ਝੁਰਮਟਾ ਪਾਉਣ, ਭਾਵੇਂ ਮਾਲੀ ਦੇ ਹੁੰਦਿਆਂ ਫੁੱਲ ਝੜਨੇ ਨਹੀਂ ਚਾਹੀਦੇ। ਕਹਿੰਦੇ ਕੱਦੂ ਕਿ ਤੋਰੀਆਂ ਦੀ ਬਲ ਭਾਵੇਂ ਕੱਢੀ ਹੋ ਜਾਏ, ਨਿੰਮ ਤੇ ਕਰੇਲੇ ਕਦੇ ਚੜਨੇ ਨਹੀਂ ਚਾਹੀਦੇ। ਦੇਖ ਕਿਸੇ ਖਾਂਦੇ ਤਾਂ ਹੀ ਸੜੀਏ ਨਾ ਦਿਲਾ, ਦੇਖ ਕਿਸੇ ਖਾਂਦੇ ਤਾਂ ਹੀ ਸੜੀਏ ਨਾ ਦਿਲਾ, ਆਂਢੀ ਤੇ ਗਵਾਂਢੀ ਕਦੇ ਲੜਨੇ ਨਹੀਂ ਚਾਹੀਦੇ। ਚਲਦੀ ਦਾ ਨਾਮ ਗੱਡੀ ਕਹਿੰਦੇ ਨੇ ਦਲੇਰਾ ਸਾਰੇ, ਚਲਦੀ ਦਾ ਨਾਮ ਗੱਡੀ ਕਹਿੰਦੇ ਨੇ ਦਲੇਰਾ ਸਾਰੇ, ਪਹੀਆ ਤੇ ਗਵਈਆ ਕਦੇ ਖੜਨੇ ਨਹੀਂ ਚਾਹੀਦੇ, ਪਹੀਆ ਤੇ ਗਵਈਆ ਕਦੇ ਖੜਨੇ ਨਹੀਂ ਚਾਹੀਦੇ। ਕਹਿੰਦੇ ਪਹੀਆ ਖੜ ਜੇ ਤਾਂ ਜੰਗਾਲ ਖਾ ਜਾਂਦਾ, ਕਲਾਕਾਰ ਖੜ ਜੇ ਤਾਂ ਉਹਨੂੰ ਸਰੋਤਿਆਂ ਦਾ ਅਦਰੇਵਾ ਖਾ ਜਾਂਦਾ। ਦੋਨਾਂ ਨੂੰ ਚੱਲਣ ਦੀ ਤੇ ਪਿਆਰ ਦੀ ਆਦਤ ਪਾ ਜਾਂਦੀ ਹੈ। ਇਹਦੇ ਨਾਲ ਹੀ ਜੀ ਕਿੱਕਰਾਂ ਵੀ ਲੰਘਿਆ, ਬੇਰੀਆਂ ਵੀ ਲੰਘਿਆ, ਲੰਘਣੋਂ ਰਹਿ ਗਏ ਅੱਕ ਵੀ। ਇੱਕ ਮੈਂ ਹਰ ਕਲਾਕਾਰ ਨੂੰ ਕਹਿੰਦੀ ਹੁੰਦੀ ਹਾਂ, ਭਾਵੇਂ ਉਹ ਮੇਰੇ ਤੋਂ ਸੀਨੀਅਰ ਹੋਵੇ, ਭਾਵੇਂ ਮੇਰੇ ਤੋਂ ਛੋਟਾ ਹੋਵੇ, ਕਹਿੰਦੇ ਇੱਕ ਬਿਲਡਿੰਗ 'ਚ 10 ਮਜ਼ਦੂਰ ਕੰਮ ਕਰਦੇ ਨੇ ਨਾ, ਤੇ 10 ਨੂੰ ਇੱਕ ਸੋਚ ਕੇ ਕੰਮ ਕਰਨਾ ਚਾਹੀਦਾ ਵੀ ਮੈਂ ਆਪਦਾ ਅੱਛਾ ਕਰਨਾ, ਉਹਨੇ ਆਪਦਾ ਅੱਛਾ ਕਰਨਾ। ਕਹਿੰਦੇ ਜਦੋਂ ਆਪਾਂ ਇੱਕ ਦੂਜੇ ਨੂੰ ਹਰਾਉਣ ਲਈ ਕੰਮ ਕਰਾਂਗੇ ਨਾ, ਉਦੋਂ ਆਪਾਂ ਖਤਮ ਹੋ ਜਾਣਾ। ਕਿਉਂਕਿ ਜਦੋਂ ਆਪਾਂ ਕਿਸੇ ਦੀ ਰੋਜ਼ੀ ਖੋਵਾਂਗੇ ਨਾ, ਤੇ ਪਰਮਾਤਮਾ ਬਾਹਲਾ ਟਾਈਮ ਨਹੀਂ ਲਾਉਂਦਾ, ਆਪਣੀ ਰੋਜ਼ੀ ਹੈ ਜਿਹੜੀ ਪਹਿਲਾਂ ਖੋ ਲੈਂਦਾ। ਆਪਦੇ ਵਰਕ ਨੂੰ ਆਪਦੀ ਵਫਾਦਾਰੀ ਨਾ ਕਰੋ, ਕਿਸੇ ਨੂੰ ਹਰਾਉਣ ਲਈ ਕਦੇ ਕੰਮ ਨਾ ਕਰੋ। ਮੇਰੇ ਨਾਲ ਇੱਕ ਸਦੀ ਹੋ ਗਈ ਮੈਨੂੰ ਗਾਉਂਦੀ ਨੂੰ, ਨਵੇਂ ਬੱਚੇ ਆਏ ਸਟਾਰ ਬਣੇ, ਪਰ ਮੈਂ ਉਹਨਾਂ ਦਾ ਪ੍ਰਭਾਵ ਆਪਦੇ 'ਤੇ ਕਦੇ ਨਹੀਂ ਪੈਣ ਦਿੱਤਾ। ਕਿਉਂਕਿ ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਵੀ ਮੈਂ ਸਟਾਰ ਨਹੀਂ, ਇੱਕ ਕਲਾਕਾਰ, ਇੱਕ ਮਜ਼ਦੂਰ ਬਣ ਕੇ ਆਉਂਦੀ ਹੁੰਦੀ ਹਾਂ, ਅਤੇ ਮੇਰਾ ਕੰਮ ਕੀ ਹੈ? ਆਪਦੀ ਮਜ਼ਦੂਰੀ ਵਫਾਦਾਰ ਨਾਲ ਕਰਨੀ ਅਤੇ ਆਪਦੇ ਬੱਚਿਆਂ ਲਈ ਰੋਟੀ ਲੈ ਕੇ ਘਰੀ ਜਾਣੀ। ਇਹਦੇ ਨਾਲ ਜੇ ਕਿੱਕਰਾਂ ਵੀ ਲੰਘਿਆ, ਬੇਰੀਆਂ ਵੀ ਲੰਘਿਆ, ਲੰਘਣੋ ਰਹਿ ਗਏ ਅੱਕ ਵੇ, ਮੇਰੀ ਜਾਤ ਕਾਮ ਨੇ ਝੂਟੇ ਖਾਂਦਾ ਲੱਕ ਵੇ। ਕਈ ਵਾਰ ਝੂਟੇ ਖਾਂਦਾ ਲੱਕ 'ਤੇ ਐਂ ਸੋਚ ਲੈਂਦੇ ਵੀ ਯਾਰ ਕਿਹੋ ਜਿਹਾ ਗਾਣਾ। ਕਹਿੰਦੇ ਲੱਕ ਵੀ ਝੂਟੇ ਆਮ ਔਰਤ ਦਾ ਨਹੀਂ ਖਾਂਦਾ ਜੀ, ਹੁਣ ਤਾਂ ਕਮਰ ਕੀ ਕਮਰੇ ਬਣੇ ਪਏ ਹੈ, ਕਿਉਂਕਿ ਜਨਾਨੀਆਂ ਕੰਮ ਹੀ ਨਹੀਂ ਕਰਦੀਆਂ। ਜੇ ਧੁੱਪੇ ਨਿਕਲਦੇ ਆ ਤਾਂ ਸਨ ਵਰਨ ਹੁੰਦਾ, ਸ਼ਾਮ ਨੂੰ ਰੋਟੀ ਪਕਾਉਣ ਬਹਿ ਜਾਣ ਭਾਵੇਂ ਸੁਬਾ, ਸਾਰੇ ਪਰਿਵਾਰ ਵੱਲ ਝਾਕ ਕੇ ਇੱਕ ਵਾਰੀ ਜ਼ਰੂਰ ਪੁੱਛਦੀਆਂ ਵੀ ਕਿੰਨੀਆਂ ਖਾਊਂਗੀ। ਇਹ ਸੱਚ ਹੈ ਨਾ? ਕਹਿੰਦੇ ਜਦੋਂ ਜਨਾਨੀ ਗਿਣ ਕੇ ਰੋਟੀ ਬਣਾਉਣ ਲੱਗ ਜੇ ਨਾ, ਰਸੋਈ 'ਚ ਵੜ ਕੇ ਪਰਿਵਾਰ ਨੂੰ ਇਹ ਪੁੱਛਣ ਲੱਗ ਜਾਏ ਵੀ ਕਿੰਨੀਆਂ ਖਾਓਗੇ, ਉਦੋਂ ਉਹਨਾਂ ਘਰਾਂ 'ਚ ਬਰਕਤਾਂ ਖਤਮ ਹੋ ਜਾਂਦੀਆਂ ਅਤੇ ਪਰਮਾਤਮਾ ਦਾ ਵਾਸਾ ਨਹੀਂ ਰਹਿੰਦਾ। ਨੋਟ ਭਾਵੇਂ ਢੇਰ ਹੀ ਲੱਗੀ ਜਾਣ, ਪਰ ਇੱਕ ਹਮਦਰਦੀ, ਪਿਆਰ ਅਤੇ ਸਤਿਕਾਰ ਅਤੇ ਪਰਮਾਤਮਾ ਦਾ ਵਾਸਾ ਉਹਨਾਂ ਘਰਾਂ 'ਚੋਂ ਦੂਰ ਹੋ ਜਾਂਦਾ। ਇਸੇ ਕਰਕੇ ਰੋਟੀ ਕਦੇ ਗਿਣ ਕੇ ਨਾ ਬਣਾਓ, 4 ਵੱਜ ਜਾਣਗੀਆਂ, 10 ਵੱਜ ਜਾਣਗੀਆਂ, ਆਪਾਂ ਨਾ ਖਾਵਾਂਗੇ। ਸੁਬਾਹ ਕਿਸੇ ਦਰਵੇਸ਼ ਦੇ ਮੂੰਹ 'ਚ ਅਤੇ ਕਿਸੇ ਗਊ ਗਰੀਬ ਦੇ ਮੂੰਹ 'ਚ ਉਹ ਜਾ ਸਕਦੀਆਂ ਨੇ। ਕਿੱਕਰਾਂ ਵੀ ਲੰਘਿਆ, ਬੇਰੀਆਂ ਵੀ ਲੰਘਿਆ, ਲੰਘਣੋਂ ਰਹਿ ਗਏ ਅੱਕ ਵੀ। ਸ਼ੁਕਰੀਆ ਸਰਦਾਰ ready।
ਮੈਨੂੰ ਸਤਿ ਸ਼੍ਰੀ ਅਕਾਲ ਬੁਲਾਉਣੀ ਚਾਹੀਦੀ ਹੈ ਜੀ, ਤੁਸੀਂ ਮੇਰੇ ਤੋਂ ਵੱਡੇ ਹੋ। ਸਤਿ ਸ਼੍ਰੀ ਅਕਾਲ। झूठे खांदा लक वे मेरी जात कामनी। किसी शायर ने बहुत वधिया लिखे है कि जट दी फसल ते घोड़े दी नसल ते तीवी नू अकल होनी बहुत जरूरी है। जट दी फसल घोड़े दी नसल ते तीवी नू अकल होनी बहुत जरूरी है। कहिंदे भाइयां विच प्यार वैरी दी हार ते घर दे विच नार होनी बहुत जरूरी। जट दी फसल घोड़े दी नसल ते तीवी नू अकल होनी बहुत जरूरी है। कहिंदे भाइयां विच प्यार वैरी दी हार ते घर दे विच नार होनी बहुत जरूरी है। बाबिया दी ढाणी नूह दी सियाणी ते रब दी बाणी होनी बहुत जरूरी है। ओ भावे कुरान शरीफ होवे, भावे गीता होवे, भावे श्री गुरु ग्रंथ साहिब दे पूरी बाणी होवे। कहिंदे परमात्मा दा नाता इको ही है जी। आपां लैंग्वेज बदल ली, जिवें हुण बेबे कह दो, बीबी कह दो, मम्मा कह लो, जो मर्जी कह लो, माता कह लो, है ना जी, बेबे कह लो, पर रहिंदी तां मां ही है ना जी। मां कदे बदली? हाँ, आ जिवें जिवें भाषा है वह बदली जाती है। ये ना जी बाकी गीतां दा दौर है।
हाँ जी अविराज स्टूडियो ने वाले ने जी इस बाबा जी के दरबार से अपनी सेवा कर रहे हैं जी भौरा पिंड तो ने जी तुसी किसी भी मौके पर खुशी के मौके पर किसी होर फंक्शन से बर्थडे पार्टी से इन्हों याद कर सकते हो जी 8872363662 इन्हों का नंबर है जी। थैंक यू शुक्रिया जी शुक्रिया थैंक यू साहबजादा जी थैंक यू जी मेहरबानी तो साढ़े ते परमेश रमेश प्रमोटर जी साढ़े खड़े ने हैड लई बॉय बीओ वाई बॉय सही गल है जी बंदे नूं हमेशा आपदे आप नूं मेनटेन करके रखना चाहिए ते सारे कलाकारां नूं ए बाहर लैके जांदे ने जी साड़ी विरासत नूं साढ़े सभ्याचार नूं उधर साढ़े जिहड़ा पछमी सभ्याचार है पर मैं मानदी हाँ भी हुण पछमी सभ्याचार इधर ज़्यादा है उधर संभाल के रख्या है मैं जदों भी जाने हाँ आप हले पछमी सभ्याचार नूं भजदे हाँ है ना जी आपां नूं ऐ लगता है भी जे मॉडर्न चीज़ पाईए तो शायद असीं पढ़े लिखे लगांगे पर बाहरले मुल्कां च जाके देख लो पंजाबी नूं ते साडे सभ्याचार नूं बखूबी संभाल के रख्या होया इस करके जिहड़ा अज दा दौर है चल रहा है कि सहेली खातर चीज़ ब्रांडड लैंदा सी कि गुची सहेली खातर चीज़ ब्रांडड लैंदा सी कि गुची खुद रेबन दी गोगल लाउंदा मां दी ऐनक टुट्टी सहेली खातर चीज ब्रांडेड लैंदा सी के गुची खुद रेबन दी गोगल लाउंदा मां दी ऐनक टुट्टी बैंक मैनेजर दरते रहिंदा लोन ते लई सफारी लख लाण तो उस रांझे दे जिहदे प्यो सिर करजा भारी कहिंदे हीर नाल इश्क लड़ाउंदा फिरदा घर विच भैण कवारी पर मैं ताड़ी दोनों हथां नाल मारी है जी कहिंदे जे गिफ्टां लैण वाला खरीदण वाला गुनाहगार है ते जिहड़ा गिफ्टां मूहरों लै रहा है वह भी तो उन्ना ही गुनाहगार है ना बंदा गिफ्टां खरीद के हुण खेत च तां सिटण नहीं जांदा है ना वो किसे लई खरीदता है कहिंदे दोनों गुनाहगार ने सहेली खातर चीज ब्रांड लैंदा सी कि सहेली खातर चीज ब्रांड लैंदा सी कि गुच्ची खुद रे बंदी गोगल लाउंदा मारी ऐनक टुट्टे
ਇਹ ਤੁਹਾਡਾ ਵਰਗ ਹੈ, ਇਹਨੂੰ ਤੁਸੀਂ ਵਫਾਦਾਰੀ ਨਾਲ ਕਰਨਾ ਤੇ ਕਲਾਕਾਰ ਦਾ ਫਰਜ਼ ਬਣਦਾ। ਜਦੋਂ ਤੁਸੀਂ ਥੱਲੋਂ ਉੱਠ ਕੇ ਉੱਤੇ ਆਉਣੇ ਹੋ ਤੇ ਬੋਝ ਹੈ ਜਿਹੜਾ ਸਪੈਸ਼ਲ। ਥੈਂਕ ਯੂ ਸਰ। ਜ਼ਰੂਰ ਜੀ, ਜ਼ਰੂਰ ਮਿਰਜ਼ੇ ਦੀ ਫਰਮਾਇਸ਼ ਹੈ, ਜ਼ਰੂਰ ਸੁਣਾ ਕੇ ਜਾਊਂਗੀ ਸਦਾ ਸਰ। ਜ਼ਰੂਰ ਜੀ, ਜ਼ਰੂਰ। ਲੱਖ ਲਾਣਤ ਉਸ ਯਾਰ ਦੇ ਜਿਹੜਾ ਨਿਕਲੇ ਮਤਲਬ ਖੋਰਾ, ਯਾਰ ਵਿੱਚ ਵਪਾਰੀ ਬਣ ਕੇ ਸ਼ਰਮ ਨਹੀਂ ਕਰਦੇ ਖੋਰਾ। ਜਿਹੜਾ ਟਿਚ ਸਰੋਤੇ ਸਮਝੇ ਹੈ ਨਹੀਂ ਬਹੁਤੇ ਚਰਦਾ, ਲੱਖ ਲਾਣ ਤੋਂ ਉਸ ਕਲਾਕਾਰ ਦੇ ਜੋ ਗਾ ਕੇ ਲੁਕਦਾ ਫਿਰਦਾ। ਤੇ ਇਹਦੇ ਨਾਲ ਜੀ ਬਾਕੀ ਗੀਤਾਂ ਦਾ ਦੌਰ ਹੈ। ਭੈਣ ਜੀ ਪਾਪੜ ਖਾਈ ਜਾਂਦੇ, ਉਹ ਵੀ ਇਕੱਲੇ ਇਕੱਲੇ। ਓਹੋ, ਭੁੱਖ ਤਾਂ ਮੈਨੂੰ ਵੀ ਲੱਗੀ ਹੈ ਜੀ। ਐਂ ਬੰਦਾ ਜਦੋਂ ਨਜ਼ਾਰੇ ਨਾਲ ਖਾਂਦਾ ਨਾ, ਵੀ ਕਿਸੇ ਦਾ ਪਤਾ ਨਹੀਂ ਵੀ ਕੋਈ ਮੰਗੀ ਜਾਂਦਾ ਪਾਪੜ। ਭੁੱਖ ਵਾਲੀ ਲੱਗੀ ਹੈ ਜੀ। ਕਹਿੰਦੇ ਪੇਟ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ। ਹੁਣ ਭੈਣ ਜੀ ਆਹ ਵੇਖ ਲਓ, ਆ ਨਿੱਕਾ ਜਿਹਾ ਬੈਠਾ, ਇਹਨੂੰ 2 ਸਾਲ ਹੋਰ ਵੱਧ ਲੈਣ ਦਿਓ, ਤੁਹਾਡੇ ਤੋਂ ਹੀ ਸਵਾਲ ਪੁੱਛਿਆ ਕਰੋ। ਹੁਣ ਮੈਂ ਇੱਕ ਛੋਟੀ ਜਿਹੀ ਗੱਲ ਸੁਣਾਉਣ ਲੱਗੀ। ਆਪਾਂ ਆਮ ਕਰਕੇ ਬੱਚੇ ਨੂੰ ਇਹ ਨਹੀਂ ਸਮਝਦੇ ਵੀ ਬੱਚਾ ਹੀ ਹੈ, ਜਦੋਂ ਕੋਈ ਗੱਲ ਕਰਦੇ ਨਾ ਘਰ 'ਚ ਆਪਾਂ ਸੋਚਦੇ ਬੱਚਾ ਹੀ ਹੈ। ਹੁਣ ਇਹਨੇ ਕੀ ਸੁਣਨੀ ਗੱਲ, ਸਾਰੀਆਂ ਗੱਲਾਂ ਆਪਾਂ ਕਰ ਲੈਂਦੇ। ਇੱਕ ਵਾਰੀ ਕੀ ਹੋਇਆ, 4-4.5 ਸਾਲ ਦਾ ਬੱਚਾ ਤੇ ਹੁਣ ਆਪਦੀ ਮਾਂ ਦੀ ਗੋਦੀ 'ਚ ਬੈਠਾ। ਭੈਣ ਜੀ ਬੜੀ ਸੁਣਨ ਵਾਲੀ ਗੱਲ ਹੈ। ਤੇ ਕੋਲੇ ਹੀ ਉਹਦਾ ਪਾਪਾ ਬੈਠਾ, ਪਤਾ ਨਹੀਂ ਉਹਦੇ ਦਿਮਾਗ 'ਚ ਕੀ ਆਇਆ, ਉਹਨੇ ਮਾਂ ਦੀ ਠੋਡੀ ਫੜੀ, ਕਹਿੰਦਾ ਮੰਮਾ ਤੁਹਾਡਾ ਵਿਆਹ ਕਿਹਦੇ ਨਾਲ ਹੋਇਆ। ਉਹ ਪਹਿਲਾਂ ਬੜੇ ਹੈਰਾਨ ਜਿਹੇ ਹੋ ਕੇ ਝਾਕੀ ਵੀ ਇਹਨੇ ਕਿਹੋ ਜਿਹਾ ਸਵਾਲ ਪੁੱਛ ਲਿਆ। ਕਹਿੰਦੀ ਬੇਟਾ ਕੀ ਗੱਲ, ਕਹਿੰਦਾ ਨਹੀਂ ਮੰਮਾ ਵੈਸੇ ਹੀ ਮੈਂ ਪੁੱਛਿਆ ਵੀ ਤੁਹਾਡਾ ਵਿਆਹ ਕਿਹਦੇ ਨਾਲ ਹੋਇਆ। ਕਹਿੰਦੀ ਤੇਰੇ ਪਾਪਾ ਨਾਲ ਹੋਇਆ ਪੁੱਤ। ਕਲਮ ਝੂਠ, ਹੁਣ ਆਪਦੀ ਸਹੁੰ ਖਾਓ ਵੀ ਤੁਹਾਡਾ ਵਿਆਹ ਕਿਹਦੇ ਨਾਲ ਹੋਇਆ। ਕਹਿੰਦੀ ਪੁੱਤ ਮੈਨੂੰ ਆਪਦੀ ਸਹੁੰ ਲੱਗੇ, ਤੇਰਾ ਮੇਰਾ ਵਿਆਹ ਤੇਰੇ ਪਾਪੇ ਨਾਲ ਹੋਇਆ। ਕਹਿੰਦਾ ਮੇਰੀ ਸਹੁੰ ਖਾ। ਕਹਿੰਦੀ ਪੁੱਤ ਤੇਰੀ ਸਹੁੰ ਲੱਗੇ, ਮੇਰਾ ਵਿਆਹ ਤੇਰੇ ਪਾਪੇ ਨਾਲ ਹੋਇਆ। ਕਹਿੰਦਾ ਸਾਰਾ ਦਿਨ ਦਾਦੀ ਸਾਹਮਣੇ ਝੂਠ ਮਾਰਦੀ ਰਹਿਣੀ, ਆ ਵੀ ਝੂਠ ਹੀ ਹੋਣੇ ਆ। ਕਹਿੰਦਾ ਰੱਬ ਦੀ ਸਹੁੰ ਖਾ ਵੀ ਤੇਰਾ ਵਿਆਹ ਮੇਰੇ ਪਾਪੇ ਨਾਲ ਹੋਇਆ। ਸਤਿ ਸ਼੍ਰੀ ਅਕਾਲ ਜੀ, ਮੈਨੂੰ ਬੁਲਾ ਲੈਂਦੇ ਤੁਸੀਂ ਇੰਨੀ ਤਕਲੀਫ ਕਰਕੇ ਆਏ। ਇਹ ਤਾਂ 10 ਕਰੋੜ ਵਰਗੇ ਹੈ ਜੀ ਜਿਹੜੇ ਤੁਸੀਂ ਇੰਨੀ ਤਕਲੀਫ ਨਾਲ ਇੱਥੋਂ ਤੱਕ ਆਏ ਹੋ। ਇਹ ਤੁਹਾਡਾ ਆਸ਼ੀਰਵਾਦ ਹਮੇਸ਼ਾ ਮੇਰੇ ਨਾਲ ਰਹੇ। ਤੇ ਜਦੋਂ ਮੰਨਿਆ ਹੀ ਨਾ ਮੰਨਿਆ ਨਾ ਮਾਂ ਆਕ ਗਈ ਹੈ ਨਾ, ਕਹਿੰਦਾ ਦਾਦੀ ਦਾਦੇ ਸਾਰੇ ਪਰਿਵਾਰ ਦੀ ਸਹੁੰ ਖਾ ਵੀ ਤੇਰਾ ਵਿਆਹ ਕਿਹਦੇ ਨਾਲ ਹੋਇਆ। ਕਹਿੰਦੀ ਤੇਰੇ ਪਾਪੇ ਨਾਲ ਹੋਇਆ।
गाते ना गंडे घर दे बंदे ना भी कोई ब्याह करवांदा हुंदा बाहरले ना करवांदी कहिंदा बीबी सौन अगे नजारा आ जांदा आप करके लेडीज पता की कहंदी है भी मेरा बंदा घर दा बंदा ये आम दो शब्द ने जड़ियां लेडीज यूज करदियां ने ते आपा तो आम ही गल करदे हां पर बच्चे इन्हां गल्लां नूं कैच कर लैंदे ने इहदे नाल जी असीं जिन्हां लई सी मंगदे दुआवां ओहीओ सानूं मार गए बड़ा कीतियां जिन्हां नूं हाथी छावां सति श्री अकाल सदा जिन्हें भी फकर लोग परमात्मा नाल जुड़ियां हस्तियां आईयां ने परमात्मा इसी तरह लिब जोड़ी रखे नी मैं ओदियां नी मैं ओदियां रंगा दे विच रंगी होईयां मैं ता मुड तो ही ओदियां रंगा विच रंगी होईयां नी मैं ओदियां नी मैं ओदियां असि जिन्ना लई से मंगदे दवावां ओहीओ सानू मार गए भैन जी मैं सोहणे सोहणे कपड़े पाए होनी आ मेकअप करके आ जानी आ वड्डी गड्डी च आउनी आ तीन चार घंटे नचदी कुद्दियां ते थानू आए लगदा भी बहुत सौखी साडे नालों ये सौखी पर ना बाबे नानक ने भी कहा भी कोठे चढ़ के वेख्या घर घर ये हुआ दुख दर्द हर बंदे दे नाल तुरदे अणा जी भावें कोई वड्डी गड्डी च है ਭਾਵੇਂ ਕੋਈ ਪੈਦਲ ਤੁਰਦਾ ਹੈ ਦਰਦ ਅਤੇ ਦੁੱਖ ਇੱਕ ਐਸੀ ਚੀਜ਼ ਹੈ ਕਹਿੰਦੇ ਬੰਦੇ ਦਾ ਡਿੱਗਣਾ ਬਹੁਤ ਜ਼ਰੂਰੀ ਹੈ ਮੈਂ ਕਹਿੰਦੀ ਵੀ ਜਿਹੜਾ ਬੰਦਾ ਡਿੱਗ ਕੇ ਸਵਾਰ ਹੋਣਾ ਨਹੀਂ ਸਿੱਖਿਆ ਉਹ ਬਹੁਤੀ ਦੇਰ ਸਵਾਰੀ ਨਹੀਂ ਕਰ ਸਕਦਾ ਬੰਦੇ ਦਾ ਡਿੱਗਣਾ ਵੀ ਜ਼ਰੂਰੀ ਹੈ ਬੰਦੇ ਦੀ ਜ਼ਿੰਦਗੀ 'ਚ ਦੁੱਖ ਸੁਖਾਉਣੇ ਵੀ ਬਹੁਤ ਜ਼ਰੂਰੀ ਹੈ ਆਪਦੇ ਅਤੇ ਬਗਾਨਿਆਂ ਦੀ ਪਰਖ ਬਹੁਤ ਜਲਦੀ ਹੋ ਜਾਂਦੀ ਕਹਿੰਦੇ ਜੇ ਬੰਦਾ ਸੁਖ ਹੀ ਸੁੱਖ ਦੇਖੇ ਫਿਰ ਆਪਦੇ ਅਤੇ ਬਗਾਨੇ ਦੀ ਪਰਖ ਹੋਣੀ ਬਹੁਤ ਔਖੀ ਹੋ ਜਾਂਦੀ ਹੈ ਪਰ ਫਿਰ ਜਦੋਂ ਇਹ ਦਰਦ ਜ਼ਿੰਦਗੀ ਚ ਆਉਂਦਾ ਹੈ ਫਿਰ ਆਪਾਂ ਇੱਕ ਗੱਲ ਕਹਿੰਦੇ ਹਾਂ ਕਿ ਅਸੀਂ ਜਿੰਨਾਂ ਲਈ ਸੀ ਮੰਗਦੇ ਦਵਾਵਾਂ ਉਹੀਓ ਸਾਨੂੰ ਮਾਰ ਗਏ ਬੜਾ ਕੀਤੀਆਂ ਜਿੰਨਾਂ ਨੂੰ ਹੱਥੀ ਛਾਵਾਂ ਉਹ ਭੁੱਲ ਸਾਡਾ ਪਿਆਰ ਗਿਆ ਭਾਵੇਂ ਉਹ ਬੱਚੇ ਹੋਣ ਭਾਵੇਂ ਉਹ ਰਿਸ਼ਤੇਦਾਰ ਹੋਣ ਭਾਵੇਂ ਉਹ ਭਰਾ ਹੋਣ ਭਾਵੇਂ ਉਹ ਪਤਨੀ ਹੋਵੇ ਰਿਸ਼ਤਾ ਜਿਹੜਾ ਵੀ ਮਰਜ਼ੀ ਹੋਵੇ ਅੱਜ ਦੇ ਦੌਰ 'ਚ ਦਾਤੀ ਦੇ ਦੋ ਪਾਸੇ ਦੰਦੇ ਅਤੇ ਦੁਨੀਆ ਦੇ ਚਾਰੇ ਪਾਸੇ ਜਿੱਥੋਂ ਜਿੱਥੋਂ ਦੀ ਤੁਸੀਂ ਹੋ ਕੇ ਲੰਘੋਗੇ ਜ਼ਖਮੀ ਹੋ ਕੇ ਨੰਗੋਗੇ ਹਾਂਜੀ ਸਾਰੀ ਉਮਰ ਕਮਾਈ ਕਰਕੇ ਵੱਡੇ ਵੱਡੇ ਮਹਿਲ ਬਣਾ ਦਿੰਦਾ ਜਦੋਂ ਹੱਡੀਆਂ ਰਹਿ ਜਾਂਦੀਆਂ ਫਿਰ ਬਾਪੂ ਕਹਿੰਦਿਆਂ ਨੂੰ ਵੀ ਸੰਗ ਲੱਗਦੀ ਤੇ ਦੇਖ ਕੇ ਹੱਡੀਆਂ ਪੀੜਾ ਤੇ ਮੈਂ ਪੀੜਾ ਵਿੱਚ ਕਾ
माही वे माही वे माही वे मोहब्बता सचिया ने मगदा नसीबा कुछ हो माही वे माही वे मोहब्बता सचिया ने मगदा नसीबा कुछ हो किस्मत दे मारे अस की करिए किस्मत दे मारे अस की करिए चलदा नसीबा ते ना जो माही वे ਮਾਗਦੇ ਦਵਾਵਾਂ ਉਹੀ ਸਾਨੂੰ ਮਾਰ ਗਏ ਬੜਾ ਕੀਤੀਆਂ ਜਿਨ੍ਹਾਂ ਨੂੰ ਹੱਥੀ ਛਾਵਾਂ ਉਹ ਭੁੱਲ ਸਾਡਾ ਪਿਆਰ ਗਿਆ ਅਸੀਂ ਜਿੰਨਾ ਨਹੀਂ ਮੰਗਦੇ ਦਵਾਵਾਂ ਉਹੀ ਸਾਨੂੰ Oh,
डोबण का अंदाज इन्ना वखरा सी कि डुबण वाले नूं शक ही नहीं होया डोबिया पता किवें सानू डोबिया कोई गुड्डू कह दिंदा है कहना गुड्डू बिना सोनिया ने रावा बठिंडे बाकी गीतां दा दौर कहिंदे पक्का हथियार होवे साडे मुलाजम साहिबान भी बाबा जी दे दरबार ते आए होए ने जिवें कहिंदे पटवारी दी लिखी हाई कोर्ट तक पहुंचा दिंदी ते उसी तरह कहिंदे जिहड़े मुंशी हुंदे सारे थाने दे इंचार्ज हुंदे इहनां दी घुग्गी छेती किते लोट नहीं आउंदी ते परमात्मा इहनां नूं तां राजी रखे एक बारी पर कई बार रब दे बंदे भी होंदे जिवें सारे ड्राइवर मनदे नहीं होंदे सारे कलाकार मनदे नहीं होंदे सारे पुलिस वाले मनदे नहीं होंदे ये तो पंजे उंगलियां कदे इकसार नहीं होईयां हुण मुंशी सीगे जी चौंकी दे इंचार्ज बड़े भले मानस रब दे बंदे सी बीबे बंदे सी ते उत्तों हुक्म आ गया कई बार थलड़ा बंदा नरम हुंदा पर जिहड़े उपले हुक्म हुंदे आ ना उह बंदे नूं परेशान कर दिंदे उत्तों हुक्म आया कहिंदे भाई साहब जी थोड़ी चौंकी च कोई है केस चोरी चूरी दा कहिंदा ना जी मेरा इलाका तो रब वर्ग है कोई कीड़ी ते पैर नहीं धरता मेरा तो रजिस्टर मैं तो 3 साल तो जमा खाली का खाली है साफ पे मजाल है किसी की शिकायत भी आई होवे थाने च हुण उत्तों पूरी घुरकी नाल ते दबी जी घुरकी नाल हुक्म आया कहिंदे जे 3 साल हो गए ना रजिस्टर साफ है हुण उहनूं भर दे
घट तो घट छी चोरियां चाहिए। वो बेचारा हुण फोन ते गिड़गड़ावे साहब कहिंदा जी साडे इलाके च तां कोई मक्खी कीड़ी नहीं मारदा ते मैं इन्ने भले मानसा ते चोरी दा इल्जाम कि मिला दा। कहिंदा सानू नहीं पता, ऐ कह के फोन बंद। कहिंदे सानू छी चोरियां चाहिए। हुण बंदा भी भगत गाहां इलाका भी भगत बड़ा परेशान, थाने चो निकल के हुण गली च तुरिया जांदा पिंड च, कहिंदा यार ਕਿਹੜੇ ਦਰਵੇਸ਼ ਨੂੰ ਫੜਾਂ, ਕਿਹੜੀ ਰੱਬ ਦੀ ਰੂਹ ਨੂੰ ਫੜਾਂ ਤੇ ਜੀ ਤੇ ਚੋਰੀ ਪਾਵਾਂ, ਮਨ ਹੀ ਨਹੀਂ ਮੰਨਦਾ। ਹੁਣ ਜਦੋਂ ਆਏ ਸੋਚਦੇ ਤੁਰੇ ਜਾਂਦੇ ਨੇ ਤੇ ਇੱਕ ਮੇਰੇ ਵਰਗਾ ਮੂਹਰੋਂ ਟੱਕਰ ਗਿਆ, ਉਹਨੂੰ ਫੜਿਆ ਲਿਆ ਕੇ ਥਾਣੇ 'ਚ ਲਿਆਂਦਾ। ਕਹਿੰਦਾ ਦੇਖ ਭਗਤਾ ਮੈਂ ਤੇਰੇ ਜੋੜਦਾ ਹੱਥ ਵੀ ਤੂੰ ਛੀ ਚੋਰੀਆਂ ਮੰਨ ਜਾਓ। ਕਹਿੰਦਾ ਜੀ ਉਹਨੂੰ ਮੈਂ ਚੋਰੀ ਕੀਤੀ ਨਹੀਂ, ਮੈਂ ਚੋਰੀ ਮੰਨ ਕੇ ਜਾਵਾਂ। ਕਹਿੰਦਾ ਮੈਂ ਤੈਨੂੰ ਕਹਿੰਦਾ ਮੇਰਾ ਬਸ ਹੈ ਵੀ ਚੋਰੀ ਮੰਨ ਜਾ। ਹੁਣ ਜਦੋਂ ਪਿਆਰ ਨਾਲ ਨਾ ਮੰਨਿਆ ਤੇ ਸਾਹਿਬ ਨੂੰ ਫਿਰ ਅਸਲੀ ਪੁਲਿਸ ਵਾਲਾ ਔਰ ਰੋਲ ਦਿਖਾਉਣਾ ਪਿਆ। ਦੇਤਰੇ ਦੀ ਪਟਾ ਲੈ, ਤਰੇ ਦੀ ਪਟਾ ਦੇਤਰੇ ਦੀ ਪਟਾ ਲੈ, ਤਰੇ ਦੀ ਪਟਾ ਤੇ ਨਾਲ ਦੀ ਨਾਲ ਹੀ ਬੰਦਾ ਮੰਨ ਗਿਆ। ਕਹਿੰਦਾ ਜੀ ਇੱਕ ਚੋਰੀ ਮੈਂ ਕੀਤੀ ਹੈ, ਭੱਜ ਕੇ ਜਾ ਕੇ ਰਜਿਸਟਰ ਤੇ। ਹੁਣ ਕਰਦੇ ਕਰਾਉਂਦਿਆਂ ਨੇ ਪੰਜ ਚੋਰੀਆਂ, ਐਂ ਧੱਕੇ ਨਾ ਮਨਾ ਲਈਆਂ ਬੰਦੇ ਦਾ ਬੁਰਾ ਹਾਲ ਤੇ ਅੰਦਰੋਂ ਸਾਹਿਬ ਦਾ ਵੀ ਬੁਰਾ ਹਾਲ, ਕੁੱਟਣ ਨੂੰ ਜੀ ਨਾ ਕਰੇ ਪਰ ਉੱਤੋਂ ਹੁਣ ਨੌਕਰੀ ਜਾਂਦੀ ਸੀ ਜੀ। ਹੁਣ ਜਦੋਂ ਛੇਵੀਂ ਚੋਰੀ ਵਾਲੀ ਪਟਾ ਵੱਜਣ ਹੀ ਲੱਗਿਆ ਸੀ ਕਹਿੰਦੇ ਮੰਨ ਜਾ ਜਿੱਥੇ ਪੰਜ ਮੰਨ ਗਿਆ। ਕਹਿੰਦਾ ਜੀ ਹੁਣ ਆਹ ਨਾ ਮਨਾਓ, ਅੱਤ ਬੱਤ ਹੋ ਗਈ। ਕਹਿੰਦਾ ਮੰਨ ਜਾ, ਕਹਿੰਦਾ ਨਹੀਂ। ਅਰੇ ਐਂ ਬੈਸੋ ਬੈਸੀ ਹੋਈ ਜਾਂਦੀ ਹੈ ਤੇ ਸਾਹਿਬ ਦੇ ਘਰੋਂ ਫੋਨ ਆ ਗਿਆ। ਹੁਣ ਭੱਜ ਕੇ ਜਾ ਕੇ ਸਾਹਿਬ ਨੇ ਜਦੋਂ ਫੋਨ ਚੱਕਿਆ ਇੱਧਰਲੇ ਹੱਥ 'ਚ ਪਟਾ ਹੈ ਉਹਨੂੰ ਕੁੱਟਣ ਵਾਸਤੇ ਤੇ ਜਨਾਬ ਇੱਧਰਲੇ ਹੱਥ 'ਚ ਫੋਨ ਹੈ। ਹੁਣ ਪੂਰੇ ਰੋਹਬ ਨਾਲ ਬੋਲਦਾ ਇੱਕ ਅੰਦਰੋਂ ਦਿਲ ਦੁਖੀ ਦਿਮਾਗ ਦੁਖੀ ਜਿਹਨੂੰ ਨਹੀਂ ਕੁੱਟਣਾ ਸੀ ਉਹ ਤਾਂ ਸਰ ਛੀ ਚੋਰੀਆਂ ਪਾਤੀਆਂ। ਹੁਣ ਪੂਰੇ ਔਖੇ ਹੋ ਕੇ ਸਾਹਿਬ ਬੋਲਦੇ ਆ ਕਹਿੰਦੇ ਹਾਂ। ਕਹਿੰਦਾ ਜੀ ਸਾਹਿਬ ਵਧਾਈਆਂ। ਕਹਿੰਦਾ ਕਾਹਦੀਆਂ? ਕਹਿੰਦਾ ਤੁਹਾਡੇ ਘਰੇ ਮੁੰਡਾ ਹੋਇਆ। ਹੁਣ ਆਈ ਕੰਨ ਤੇ ਫੋਨ, ਖੁਸ਼ੀ ਵੀ ਤੇ ਦੁੱਖ ਵੀ। ਜਦੋਂ SHO ਸਾਹਿਬ ਚੋਰ ਵੱਲ ਆਏ ਜੇ ਕਰਕੇ ਝਾਕੇ, ਚੋਰ ਤਾਂ ਵਿਚਾਰਾ ਹੋਰ ਡਰ ਗਿਆ। ਕਹਿੰਦਾ ਹੁਣ ਪਤਾ ਨਹੀਂ ਕੀ ਕਰੂੰ। ਦਬਾ ਦਬਾ ਹੱਥ ਬੰਨ ਕੇ ਕਹਿੰਦਾ ਪਾ ਦੇ ਇਹ ਵੀ ਮੇਰੇ ਸਿਰ ਹੀ ਪਾ ਦੇ। ਕਹਿੰਦੇ ਕਈ ਵਾਰ ਬੰਦਾ ਨਾ ਚਾਹੁੰਦੇ ਹੋਏ ਵੀ ਵਕਤ ਬੁਰਾ ਬੁਰਾ ਤਾਂ ਐਂ ਤੁਰਿਆ ਜਾਂਦਾ ਬੰਦਾ, ਇੱਕ ਸੈਕਿੰਡ ਲੱਗਦਾ। ਵਕਤ ਅੱਛਾ ਤਾਂ ਭਾਵੇਂ TC ਤੇ ਚੜ ਜਾਓ, ਕੋਈ ਨਹੀਂ ਮਾਰ ਸਕਦਾ। ਹੁਣ ਬਾਬੇ ਲੋਕ ਜੈਡ ਸਕਿਉਰਿਟੀ ਰੱਖੀ ਫਿਰਦੇ ਨੇ ਜੀ, ਮੈਨੂੰ ਸਮਝ ਨਹੀਂ ਆਉਂਦੀ ਵੀ ਫਿਰ ਤੁਸੀਂ ਬਾਬੇ ਕਾਹਦੇ, ਅਸੀਂ ਤੁਹਾਡੇ ਕੋਲ ਕਾਹਦੇ ਲਈ ਆਵਾਂਗੇ? ਮੌਤ ਤੋਂ ਡਰਦੇ ਤਾਂ ਅਸੀਂ ਤੁਹਾਡੇ ਚਰਨਾਂ 'ਚ ਆਉਂਦੇ ਹਾਂ ਵੀ ਜੀ ਬਚਾ ਲਓ, ਦੁੱਖਾਂ ਤੋਂ ਡਰਦੇ, ਹਨਾ? ਕਿਉਂ ਬਾਬਾ ਜੀ? ਇਨਸਾਨ ਕਹਿੰਦੇ ਇੱਕ ਖੌਫ ਕਰਕੇ ਆਉਂਦਾ, ਭਗਤੀ ਕਰਕੇ ਇੱਕ ਬੰਦਾ ਆਉਂਦਾ, 99% ਆਪਦੇ ਲਾਲਚ ਕਰਕੇ ਆਉਂਦੇ ਮੇਰੇ ਵਰਗੇ ਵੀ ਜੀ ਸਾਨੂੰ ਆਹ ਦੁੱਖ ਹੈ, ਸਾਨੂੰ ਆਹ ਲੋੜ ਹੈ, ਆਹ ਸਾਡੀਆਂ ਪੂਰੀਆਂ ਕਰੋ। ਤੇ ਜੇ ਕਹਿੰਦੇ ਬਾਬੇ ਹੀ ਜੈਡ ਸਕਿਉਰਿਟੀਆਂ ਰੱਖਣ ਲੱਗ ਗਏ ਤਾਂ ਫਿਰ ਸਾਡੇ ਵਰਗਿਆਂ ਦਾ ਕੀ ਬਣੂ ਜੀ? ਅਸੀਂ ਤਾਂ ਮੌਤ ਤੋਂ ਪਹਿਲਾਂ ਹੀ ਡਰੇ ਹੋਏ ਹਾਂ। ਤੇ ਜਿਹੜੇ ਖੁਦ ਹੀ ਰੱਬ ਤੇ ਵਿਸ਼ਵਾਸ ਨਹੀਂ ਕਰਦੇ, ਅਸੀਂ ਤਾਂ ਹੀ ਤਾਂ ਰੱਬ ਤੇ ਵਿਸ਼ਵਾਸ ਨਹੀਂ ਕਰਦੇ, ਤਾਂ ਹੀ ਜੈਡ ਸਕਿਉਰਿਟੀ ਰੱਖੀ ਹੈ। ਜੇ ਰੱਬ ਤੇ ਵਿਸ਼ਵਾਸ ਹੋਵੇ ਫਿਰ ਜੈਡ ਸਕਿਉਰਿਟੀ ਰੱਖਣ ਦੀ ਲੋੜ ਹੀ ਨਹੀਂ, ਹਨਾ ਜੀ? ਜਦ ਉਹ ਖਿਲਾਫ ਹੋ ਗਿਆ ਫਿਰ ਕੋਈ ਜੈਡ ਜੁੱਡ ਨਹੀਂ ਚੱਲਦੀਆਂ, ਜੈਡ ਪਰਮਾਤਮਾ ਹੀ ਬਣਾ ਦਿੰਦਾ, ਹਨਾ ਜੀ? ਪਰ ਕਈ ਵਾਰ ਨਿੱਕੇ ਨਿੱਕੇ ਸੁਪਨੇ ਹੁੰਦੇ ਆ। ਪੱਕਾ ਹਥਿਆਰ ਹੋਵੇ, ਪੈਸਾ ਬੇਸ਼ੁਮਾਰ ਹੋਵੇ, ਪੱਗ ਵੱਟ ਯਾਰ ਹੋਵੇ ਨਾਲ ਜੋ ਮਰੇ, ਕਹਿੰਦਾ ਤਿੰਨੇ ਗੱਲਾਂ ਬੰਦੇ ਦੀਆਂ ਹੋਣ ਪੂਰੀਆਂ ਤਾਂ ਫਿਰ ਬੰਦਾ ਨਾ ਹਰੇ, ਤਿੰਨੇ ਗੱਲਾਂ ਜੱਟ ਦੀਆਂ ਹੋਣ ਪੂਰੀਆਂ ਤਾਂ ਫਿਰ ਜੱਟ ਨਾ ਹਰੇ, ਤਿੰਨੇ ਗੱਲਾਂ ਬੰਦੇ ਦੀਆਂ ਹੋਣ ਪੂਰੀਆਂ ਤਾਂ ਫਿਰ ਬੰਦਾ ਨਾ ਹਰੇ। ਉਸ ਤੋਂ ਬਾਅਦ ਸਾਡੀਆਂ ਭੈਣਾਂ ਲਈ ਰੀਝਾਂ ਨਾਲ ਕੀਤਾ ਚੰਨ ਹਾਰ ਤੇ ਸ਼ਿੰਗਾਰ ਵੇ, ਕਾਲਿਆਂ ਨੈਣਾਂ ਦੇ ਵਿੱਚ ਕਜਲੇ ਦੀ ਧਾਰ ਵੇ। ਉਸ ਤੋਂ ਬਾਅਦ ਇੱਕ ਡਿਊਟ ਦੀ ਫਰਮਾਇਸ਼ ਜੀ, ਪੱਕਾ ਹਥਿਆਰ ਹੋਵੇ ਉਸ ਤੋਂ ਬਾਅਦ ਨਾ ਹੀਰ ਕਹੋ ਮੈਨੂੰ, ਰਾਂਝੇ ਦੀ ਵੰਜਲੀਆਂ ਕੋਠੇ ਦੀ ਕੰਜਰੀ ਨਹੀਂ, ਸਾਈਆਂ ਦੀ ਕੰਜਰੀਆਂ, ਸਾਈਆਂ ਦੀ ਕੰਜਰੀਆਂ। ਪਰ ਉਸ ਤੋਂ ਪਹਿਲਾਂ ਪੱਕਾ ਹਥਿਆਰ ਹੋਵੇ। ਮਿਰਜ਼ੇ ਦੀ ਵੀ ਫਰਮਾਇਸ਼ ਹੈ ਜੀ, ਸਾਰੇ ਗੀਤਾਂ ਲਈ ਸ਼ੁਭ।
ladies and gentlemen, put on your shoes. The epic bhangra, voice on the way, Sachin Ahuja. ना हीर कहो मैनू रांझे दी वंजलियां कोठे दी कंजरी नहीं साईयां दी कंजरी कहिंदे नचण नचण च पैंजी बड़ा फर्क हुंदा जे माड़े सोच ना नचया जावे तां वधिया जगह नूं भी आपां खराब कर दिंदे जे वधिया सोच ना नचया जावे तां माड़ी जगह नूं भी आपां मंदर बना दिंदे नचण नचण च बड़ा फर्क है ते इद ना जी इस बात ना हीर कहो मैनू ते जो कर जरूर जी छला मर्जा नाहिर कहो मैनू ते एक ड्यूट सी उस बाजी में साडे कमेटी मेंबर्स दा हुक्म होएगा मैनू 5 मिनट पहला दस दियो क्योंकि हर कलाकार दा टाइम है जड़ा ओ ओ कीमती है नाहिर कहो कर वसो हर जन प्यारे सतगुर तुमरे का सवारे दुष्टूत परमेश्वर मारे जन की पैद रखे कर तारे बादशाह शाह सब बस कर दीने अमृत ना महारस पीने नरपो होए पजो भगवान साध संगत मिलके नौ जान परे प्रभ अंतर जमे नानको पकरी प्रभ स्वामी ओम त्र्यंबक जजा महे सुगंध पुष्टिवर्धनम उर्वरुकमेव बंधना मृत्यु मोक्षे मामर्का नाहिर कहो
जे कोई कहे भी सदा शौर्त रहूं, सदा होसन रहूं, सदा जवानी रहूं, सदा गति रहूं, सदा पावर रहूं, ना ना वक्त नूर को बेनूर बना देता है, वक्त फकीर को हजूर बना देता है, वक्त की कदर कर वक्त की कदर करे वक्त कोयले को कोहे नूर बना देता है मेरा रंजन माही मकानी मैं कमली हाँ हाजी लोग मक्के बन जाते मेरा रंजन माही मकानी मैं कमली हाँ नी मैं कमली हाँ चंगा हो जाए हर बंदा कहता है कम मैं कीता है कम मैं कीता है कम मैं कीता ये मारा तो गलत हो जाए कहता यार मैं बेच है नहीं सी नहीं मैं हो नहीं देता हर बंदे च मैं जिसे मैं की हवा लगी लगी उसे फिर दवा
मिर्जा तेरी याद नू हटा लै दोनों गीतों तो पहला बीबा रुपिंदर जी दी थोड़ी जी हाजिरी लवा दी पहला याद नू हटा लै फिर बीबा रुपिंदर जी सोलो गीत सुनवे सोने दिलबर जानी तेरे नाल कोई सांझ रूहानी दो तीन ऐसे कलाकार ने नछत्र गिल साहब तय ला लो भी मेरी दुनिया ने जी उन्हों की कोई भी टेप आ जाए अरदास फिल्म मैं सिर्फ उन्होंने गीत करके वेखन गई सी ਹਨਾ ਜੀ ਅਤੇ ਤਿੰਨ ਚਾਰ ਕਲਾਕਾਰ ਨੇ ਜਿਹਨਾਂ ਨੂੰ ਮੈਂ ਇੱਥੋਂ ਪਿਆਰ ਕਰਦੀ ਅਤੇ ਹੁਣ ਸਾਰੇ ਨਵੇਂ ਕਲਾਕਾਰਾਂ 'ਚੋਂ ਸਾਰੇ ਵਧੀਆ ਗਾਉਂਦੇ ਨੇ ਹਨਾ ਜੀ ਹਰ ਕਲਾਕਾਰ ਮਿਹਨਤ ਕਰਦਾ ਹਰ ਬੱਚਾ ਆਪਦੇ ਆਪ ਨੂੰ ਅੱਗੇ ਲਿਜਾਣਾ ਚਾਹੁੰਦਾ ਹੈ ਪਰ ਦੋ ਤਿੰਨ ਕਲਾਕਾਰ ਨੇ ਪ੍ਰਭ ਗਿੱਲ ਜੀ ਹੋਏ ਨਛੱਤਰ ਗਿੱਲ ਜੀ ਹੋਏ ਅਤੇ ਗੁਰਨਾਮ ਭੁੱਲਰ ਅਤੇ ਅੱਜ ਮੈਂ ਸਪੈਸ਼ਲ ਸ਼ਰਤ ਲਾ ਕੇ ਆ ਕੇ ਤੁਰੀ ਸੀ ਮੈਂ ਕਿਹਾ ਭਜਾ ਕੇ ਨਾ ਲੈ ਕੇ ਆਇਓ ਮੈਂ ਤਾਂ ਫੋਟੋ ਖਿਚਾ ਕੇ ਹੀ ਆਉਣੀ ਕਹਿੰਦੇ ਕਈ ਵਾਰ ਵੱਡਿਆਂ ਦਾ ਵੀ ਮੈਂ ਉਮਰ 'ਚ ਵੱਡੀ ਕਹਿੰਦੀ ਹਾਂ ਜੀ ਰੁਤਬੇ 'ਚ ਨਹੀਂ ਹਮੇਸ਼ਾ ਰੁਤਬਾ ਮੇਰਾ ਛੋਟਾ ਹੀ ਰਹੂਗਾ ਰੁਤਬੇ ਬੱਚਿਆਂ ਦੇ ਵੱਡੇ ਨੇ ਅਤੇ ਮੈਂ ਉਮਰ 'ਚ ਵੱਡੀ ਹੋਣ ਕਰਕੇ ਮੈਂ ਕਿਹਾ ਕਈ ਵਾਰ ਮਾਂ ਬਾਪ ਦਾ ਵੀ ਜੀ ਕਰਦਾ ਹੁੰਦਾ ਵੀ ਆਪਦੇ ਬੱਚਿਆਂ ਨਾਲ ਫੋਟੋ ਖਿਚਾਓ ਜਦੋਂ ਕਿਸੇ ਪਦਵੀ 'ਤੇ ਪਹੁੰਚ ਜਾਂਦੇ ਨੇ ਹੁਣ ਸਾਡੇ ਸਾਹਿਬ ਖੜ੍ਹੇ ਨੇ ਹੁਣ ਪਤਾ ਲੱਗਿਆ ਵੀ ਸਾਡੇ ਸਾਹਿਬ ਖੜ੍ਹੇ ਕਹਿੰਦੇ ਬਦਲਣਾ ਆਪਣੇ ਆਪ ਨੂੰ ਜੇ ਹੋਵੇ ਕੋਈ ਵੱਡੀ ਗੱਲ ਨਹੀਂ ਐਵੇਂ ਪਹਾੜ ਲੱਗਦਾ ਬਦਲਣਾ ਆਪਣੇ ਆਪ ਨੂੰ ਜੇ ਹੋਵੇ ਕੋਈ ਵੱਡੀ ਗੱਲ ਨਹੀਂ ਐਵੇਂ ਪਹਾੜ ਲੱਗਦਾ ਬਿਨਾਂ ਵਰਦੀ ਤੋਂ ਕੀ ਪਤਾ ਲੱਗਣਾ ਵਰਦੀ ਪਾਈ ਤੋਂ ਹੀ ਥਾਣੇ ਦਾਰ ਲੱਗ ਬਦਲਣਾ ਆਪਣੇ ਆਪ ਨੂੰ ਜੇ ਹੋਵੇ ਕੋਈ ਵੱਡੀ ਗੱਲ ਨਹੀਂ ਐਵੇਂ ਪਹਾੜ ਲੱਗਦਾ ਕਹਿੰਦੇ ਬਿਨਾਂ ਵਰਦੀ ਤੋਂ ਕੀ ਪਤਾ ਲੱਗਣਾ ਵਰਦੀ ਪਾਈ ਤੋਂ ਹੀ ਥਾਣੇਦਾਰ ਲੱਗਦਾ ਕਹਿੰਦੇ ਕਿਹਦਾ ਪੁੱਤ ਤੇ ਕਿਹਦਾ ਹੋਊ ਪੋਤਾ ਕਿਹਦਾ ਪੁੱਤ ਤੇ ਕਿਹਦਾ ਹੋਊ ਪੋਤਾ ਪੱਗ ਬੰਨੀ ਤੋਂ ਹੀ ਸਰਦਾਰ ਲੱਗਦਾ ਪੱਗ ਬੰਨੀ ਤੋਂ ਹੀ ਆਪਾਂ ਜਿਹਦੇ ਵੀ ਹੈਗੇ ਹਾਂ ਉਹਦੀ ਮਹਿਕ ਆਪਣੇ 'ਚ ਆਉਣੀ ਚਾਹੀਦੀ ਕਿਹੜੇ ਪਿਓ ਦੇ ਆ ਕਿਹੜੇ ਦਾਦੇ ਦੇ ਆ ਕਿਹੜੇ ਪੜਦਾਦੇ ਦੇ ਆ ਜਦੋਂ ਉਹਨਾਂ ਦੀ ਮਹਿਕ ਆਪਾਂ ਗਵਾ ਦਿੰਦੇ ਹਾਂ ਨਾ ਜੀ ਸਰਕਾਰ ਫਿਰ ਆਪਾਂ ਕਿਸੇ ਪਾਸੇ ਜੋਗੇ ਨਹੀਂ ਰਹਿੰਦੇ ਅਤੇ ਸਾਡੇ ਵੀਰ ਜੀ ਹੋਰਾਂ ਦੀ ਫਰਮਾਇਸ਼ ਹੈ ਜਿਹੜੇ ਜ਼ਖਮ ਜੁਦਾਈ ਵਾਲੇ ਦੇ ਗਿਆ ਫਿਰ ਵੀ ਬਰਪਿੰਦਰ ਜੀ ਉਸ ਤੋਂ ਬਾਅਦ ਮਿਰਜ਼ੇ ਦੀ ਫਰਮਾਇਸ਼ ਹੈ ਅਤੇ ਬੋਲ ਮਿੱਟੀ 'ਤੇ ਪਾਵਿਆ ਸਾਰੇ ਗੀਤਾਂ ਦੀ ਫਰਮਾਇਸ਼ ਹੈ ਜੀ ਪਹਿਲਾਂ ਜਿਹੜੇ ਜ਼ਖਮ ਜੁਦਾਈ ਵਾਲੇ ਛੋਟੇ ਛੋਟੇ ਪੀਸ ਦਿਓ ਜੀ ਮੇਰਾ ਕਾਕਾ ਆ ਗਿਆ ਗੁਰਨਾਮ ਭੁੱਲਰ ਜਦੋਂ ਆ ਗਿਆ ਜੀ ਦੱਸ ਦਿਓ ਤੁਹਾਡੀ ਡਿਊਟੀ ਪਤਾ ਨਹੀਂ ਰੱਬ ਨੇ ਮੈਨੂੰ ਕਿਹੋ ਜਿਹੀ ਬਣਾਇਆ ਜੀ ਕਈ ਵਾਰ ਤਾਂ ਮੈਨੂੰ ਆਪਦੇ ਆਪ 'ਤੇ ਹੈਰਾਨੀ ਵੀ ਹੁੰਦੀ ਹੈ ਮੈਂ ਕਹਿੰਦੀ ਮੇਰੇ ਸਾਹਮਣੇ ਸ਼ਾਹਰੁਖ ਖਾਨ ਵੀ ਆ ਜਾਏ ਨਾ ਮੈਂ ਤਾਂ ਵੀ ਫੋਟੋ ਲਈ ਨਹੀਂ ਕਹਿੰਦੀ ਕਿਉਂਕਿ ਹਰ ਬੰਦੇ ਦੀ ਵੈਲਿਊ ਆਪਦੀ ਆਪਦੀ ਥਾਂ 'ਤੇ ਗੁੱਡ ਹੈ ਪਰ ਜਦੋਂ ਕੋਈ ਮੈਨੂੰ ਪਸੰਦ ਹੈ ਫਿਰ ਭਾਵੇਂ ਮੈਂ ਇੱਕ ਸੋਚ ਦਾ ਪਰਨਾ ਆਪਦੇ ਮੋਢੇ 'ਤੇ ਰੱਖਦੀ ਹਾਂ ਫਿਰ ਭਾਵੇਂ ਮੈਨੂੰ ਉਹਦੇ ਪੈਰਾਂ 'ਚ ਕਿਉਂ ਨਾ ਧਰਨਾ ਪਵੇ ਕਹਿੰਦੇ ਮਾਫ਼ ਕਰਨਾ ਅਤੇ ਮਾਫ਼ੀ ਮੰਗਣੀ ਦੋਨੇ ਬਹੁਤ ਔਖੀਆਂ ਜਦੋਂ ਬੰਦਾ ਮਾਫ਼ ਕਰਦਾ ਉਦੋਂ ਵੀ ਆਪਦੀ ਮੈਂ ਨੂੰ ਅਤੇ ਆਪਦੇ ਹਕਾਰ ਨੂੰ ਅਤੇ ਆਪਦੇ ਕ੍ਰੋਧ ਨੂੰ ਮਾਰ ਕੇ ਮਾਫ਼ ਕਰਦਾ ਕਹਿੰਦੇ ਜਦੋਂ ਬੰਦਾ ਮਾਫ਼ੀ ਮੰਗਦਾ ਉਦੋਂ ਵੀ ਇਹ ਤਿੰਨੇ ਚੀਜ਼ਾਂ ਨੂੰ ਇੱਕ ਸਾਈਡ 'ਤੇ ਰੱਖ ਕੇ ਫਿਰ ਮਾਫ਼ੀ ਮੰਗਦਾ ਅਤੇ ਮੈਂ ਕਾਕਾ ਨੂੰ ਭੁੱਲਰ ਨੂੰ ਇੱਕ ਗੱਲ ਕਹਿਣੀ ਹੈ ਕਿ ਪਰਮਾਤਮਾ ਇੰਨੀਆਂ ਤਰੱਕੀਆਂ ਬਖਸ਼ੇ ਪਰ ਨਿਮਰਤਾ ਦੀ ਕੁਰਸੀ ਨੂੰ ਕਦੇ ਨਾ ਛੱਡੇ ਇਹਦੇ ਨਾਲ ਜੀ ਜਿਹੜੇ ਸਾਡੇ ਮੀਡੀਆ ਤੋਂ ਸਾਡੇ ਪੱਤਰਕਾਰ ਸਾਹਿਬਾਨ ਨੇ ਜੀ ਸਤਿਕਾਰਯੋਗ ਜੋ ਅੱਜ ਦੇ ਮੇਲੇ ਦੀ ਕਵਰੇਜ ਕਰ ਰਹੇ ਨੇ ਸਾਰੇ ਕਲਾਕਾਰਾਂ ਵਾਲੇ ਸਾਰੇ ਸਰੋਤਿਆਂ ਬਾਰੇ ਸਾਰੀਆਂ ਸਰਕਾਰਾਂ ਬਾਰੇ ਸਾਰੇ ਜੋ ਪਿੰਡ ਵਾਸੀ ਨੇ ਉਹਨਾਂ ਬਾਰੇ ਦੂਰੋਂ ਦੂਰੋਂ ਆਏ ਨੇ ਸਰਦਾਰ ਕੁਲਦੀਪ ਸਿੰਘ ਪਾਵਲਾ ਸਾਹਿਬ ਅਜੀਤ ਅਖਬਾਰ ਤੋਂ ਨੇ ਜੀ ਸਰਦਾਰ ਰੇਸ਼ਮ ਕਲੇਰ ਜੀ ਪੰਜਾਬੀ ਜਾਗਰਣ ਤੋਂ ਨੇ ਜੀ ਅਤੇ ਰਾਜ ਮਜ਼ਾਰੀ ਜੀ ਅੱਜ ਦੀ ਆਵਾਜ਼ ਤੋਂ ਜੀ ਅਸੀਂ ਸਾਡੇ ਤਿੰਨੋਂ ਸਤਿਕਾਰਯੋਗ ਮੀਡੀਆ ਤੋਂ ਜਿੰਨੇ ਸਾਡੇ ਪੱਤਰਕਾਰ ਸਾਹਿਬਾਨ ਆਏ ਨੇ ਜੀ ਅਸੀਂ ਉਹਨਾਂ ਨੂੰ ਜਿਉਂ ਕਹਿੰਦੇ ਹਾਂ ਜੀ ਪਰਮਾਤਮਾ ਉਹਨਾਂ ਦੀ ਕਲਮ 'ਚ ਵਾਧਾ ਕਰੇ ਸਿਆਣੇ ਕਹਿੰਦੇ ਨੇ ਕਸਮ ਕਦਮ ਅਤੇ ਕਲਮ ਹਮੇਸ਼ਾ ਸੋਚ ਕੇ ਚੁੱਕਣੇ ਚਾਹੀਦੇ ਇੱਕ ਵਾਰੀ ਗਲਤ ਲਿਖਿਆ ਗਿਆ ਤਾਂ ਕਿਸੇ ਦੀ ਜ਼ਿੰਦਗੀ ਬਰਬਾਦ ਹੋ ਸਕਦੀ ਹੈ ਇੱਕ ਕਦਮ ਗਲਤ ਚੱਕਿਆ ਗਿਆ ਤਾਂ ਪੂਰੀ ਜ਼ਿੰਦਗੀ ਮੰਜ਼ਿਲ ਨੂੰ ਬੰਦਾ ਭਾਲਦਾ ਰਹਿੰਦਾ ਅਤੇ ਕਸਮ ਤਾਂ ਨਾ ਸੱਚੀ ਖਾਓ ਅਤੇ ਨਾ ਝੂਠੀ ਖਾਓ ਕਸਮ ਤਾਂ ਬੁਰੀ ਬੁਰੀ ਹਾਂਜੀ ਜਿਹੜੇ ਜ਼ਖਮ ਜੁਦਾਈ ਵਾਲੇ ਦੇਖ
ਮਿਰਜ਼ੇ ਦੀ ਫਰਮਾਇਸ਼ ਸਾਡੇ ਬਾਬਾ ਸ਼ਿਵ ਰਿਆ ਵੱਲੋਂ ਸਟਾਰਟਿੰਗ 'ਤੇ ਸੀ, ਕਹਿੰਦੇ ਮਿਰਜ਼ਾ ਜ਼ਰੂਰ ਸੁਣਾਉਣਾ ਜੀ ਉਸ ਪਹਿਲਾਂ। ਹਾਂਜੀ ਇਹ ਤੋਂ ਬਾਅਦ ਟਿਊਟ ਲਾ ਦਿੰਦੇ ਹਾਂ, ਪਹਿਲਾਂ ਮਿਰਜ਼ਾ ਗਲਾ ਜਾ ਥੋੜ੍ਹਾ ਗਰਮ ਹੀ ਹੈ ਜੀ। ਹਾਂਜੀ ਦੋ ਹੀ ਗੀਤ ਗਾਵਾਂਗੇ, ਇੱਕ ਮਿਰਜ਼ਾ ਅਤੇ ਬਸ ਜਦੋਂ ਐਂ ਕਰਨਾ ਹੋਇਆ ਦੋ ਮਿੰਟ ਪਹਿਲਾਂ ਉਂਗਲਾਂ ਕਰਦੇ ਸੀ, ਕਿਉਂਕਿ ਜਦੋਂ ਹਰ ਕਲਾਕਾਰ ਹਰ ਆਪਦਾ ਵਕਤ ਲੈ ਕੇ ਆਉਂਦਾ ਅਤੇ ਉਹ ਵਕਤ ਦੀ ਕਦਰ ਕਰਨਾ ਹਰ ਇਨਸਾਨ ਦਾ ਫਰਜ਼ ਬਣਦਾ। ਜਿਹੜਾ ਬੰਦਾ ਵਕਤ ਦੀ ਕਦਰ ਕਰਦਾ ਮੇਰਾ ਖਿਆਲ ਵਕਤ ਉਹਨੂੰ ਕਦੇ ਧੋਖਾ ਨਹੀਂ ਦਿੰਦਾ ਕਦੇ। ਅਤੇ ਮਿਰਜ਼ੇ ਦੀ ਫਰਮਾਇਸ਼ ਜੀ, ਜੜ ਚੜ੍ਹਦੇ ਮਿਰਜ਼ੇ ਖਾਣ ਨੂੰ ਵੱਡੀ ਭਾਬੀ ਲੈਂਦੀ ਥੰਮ, ਵੇ ਮੈਂ ਕਦੀ ਨਾ ਦਿਓਰ ਮੰਗਾ ਰਿਹਾ। ਉਸ ਤੋਂ ਬਾਅਦ ਡਿਊਟ ਹੈ ਜੀ ਬੜੀ ਕੌੜੀ ਗੱਲ ਹੈ ਜੀ ਇਹ ਸ਼ੇਅਰ ਚ ਦੀ ਗੱਲ ਕਰੀਏ ਤਾਂ ਕਰੀਏ ਸੋਲਾ ਨੇ ਗੱਲ ਕਰੀਏ ਤਾਂ ਕਰੀਏ ਸੋਲਾ ਨੇ ਨਹੀਂ ਤਾਂ ਨਾ ਕਰੀਏ ਜੇ ਨਾ ਤੰਗ ਹੋਵੇ ਹੋਵੇ ਗੁਰੂ ਹੋਵੇ ਤਾਂ ਹੁਨਰ ਦਾ ਹੋਵੇ ਪੂਰਾ ਪੂਰਾ ਤੇ ਫੱਕਰ ਹੋਵੇ ਤਾਂ ਨੰਗ ਜੀ। ਸਤਿ ਸ਼੍ਰੀ ਅਕਾਲ ਸਾਡੇ ਦਾਰਾ ਭਾਜ ਹੈ ਵੀ ਦਾਰਿਆਂ ਵਰਗੇ, ਕਿਉਂ ਸਰਕਾਰ ਤੁਹਾਡੀ ਸਾਊਂਡ ਨੂੰ ਪਰਮਾਤਮਾ ਤਰੱਕੀਆਂ ਤੇ ਬੁਲੰਦੀਆਂ ਬਖਸ਼ੇ, ਬਹੁਤ ਅੱਛੀ ਹੈ। ਗੱਲ ਕਰੀਏ ਤਾਂ ਕਰੀਏ ਸੋਲਾ ਨੇ ਨਹੀਂ ਤਾਂ ਨਾ ਕਰੀਏ ਜੇ ਨਾ ਤੰਗ ਹੋਵੇ ਤੰਗ ਹੋਵੇ ਗੁਰੂ ਹੋਵੇ ਤਾਂ ਹੁਨਰ ਦਾ ਹੋਵੇ ਪੂਰਾ ਤੇ ਫੱਕਰ ਹੋਵੇ ਤਾਂ ਨੰਗ ਮਲੰਗ ਮਸ਼ੂਕ ਆ ਗਿਆ ਉੱਥੇ ਜ਼ਰੂਰੀ ਨਹੀਂ ਵੀ ਫੀਮੇਲ ਹੀ ਹੈ, ਕੁੜੀ ਹੈ, ਕਹਿੰਦੇ ਸਾਰੇ ਹੀ ਆਪਾਂ ਰੱਬ ਦੀ ਮਸ਼ੂਕ ਹੈ ਅਤੇ ਉਹ ਆਪਣਾ ਆਸ਼ਕ ਹੈ। ਮਸ਼ੂਕ ਹੋਵੇ ਤਾਂ ਆਸ਼ਕ ਦੇ ਮਰੇ ਪਿੱਛੇ ਮਰੇ ਪਿੱਛੇ ਤੇ ਬੋਤਲ ਹੋਵੇ ਤਾਂ ਸਿੱਧੂ ਆਸੀਲ ਹੁਣ ਵੱਖੋ ਵੱਖਰੀ ਸੋਚ ਹੈ ਜੀ, ਕਈ ਠੇਕੇ ਦੀ ਬੋਤਲ ਨੂੰ ਮੰਨਦੇ ਤੇ ਕਈ ਰੂਹ ਦੀ ਬੋਤਲ ਨੂੰ ਮੰਨਦੇ। ਮੈਂ ਤਾਂ ਰੂਹ ਦੀ ਬੋਤਲ ਗੱਲ ਕੀਤੀ ਹੈ ਦੀ ਗੱਲ ਕੀਤੀ ਹੈ, ਕਹਿੰਦੇ ਜਿਵੇਂ ਪਰਮਾਤਮਾ ਨੇ ਭੇਜੀ ਹੈ ਜੇ ਕਿਤੇ ਅੱਧੀ ਵੀ ਉਵੇਂ ਸਾਫ਼ ਸੁਥਰੀ ਤਾਂ ਪਹੁੰਚੇ ਤਾਂ ਬੰਦਾ ਗੁਰੂ ਦਾ ਪਿਆਰਾ ਹੋ ਜਾਂਦਾ। ਕਹਿੰਦੇ ਜਦੋਂ ਮਿਰਜ਼ੇ ਜੱਟ ਨੂੰ ਮਾਰਨ ਲੱਗੇ ਭਾਅ ਜੀ, ਕਿਸੇ ਸਿਆਣੇ ਬੰਦੇ ਨੇ ਆ ਕੇ ਕਿਹਾ ਕਹਿੰਦੇ ਪਹਿਲੀ ਗੱਲ ਤੈਨੂੰ ਮਾਰਿਓ ਨਾ, ਜੇ ਮਾਰਤਾ ਤਾਂ ਇਹਨੂੰ ਦਫਨਾਇਓ ਨਾ। ਇਹਦੇ ਮਾਰਨ ਅਤੇ ਦਫਨਾਉਣ ਦੇ ਕਿਹੜੇ ਕਿਹੜੇ ਨੁਕਸਾਨ ਹੋਣੇ ਆ? ਜੱਟ ਮਿਰਜ਼ਾ ਮਿਰਜ਼ੇ ਦੀ ਕਬਰ ਦਾ ਹਰਾ ਹਰਾ ਘਾਹ ਗਾਈਆਂ ਤੇ ਮੱਝੀਆਂ ਨੇ ਖਾਧਾ ਤੇ ਜਿਹੜਾ ਦੁੱਧ ਹੈ ਤੇ ਦੁੱਧ ਦੇਣਗੀਆਂ ਦੂਣ ਸਾਬਾ ਸਾਬਾ ਫਿਰ ਨੁਕਸਾਨ ਪਤਾ ਕੀ ਹੋਣਾ? ਦੁੱਧ ਪੀਣਗੀਆਂ ਸਿਆਲਾਂ ਦੀਆਂ ਅਲੜਾਂ ਅਲੜਾਂ। ਜਿਹੜੇ ਢੋਲ ਨੂੰ ਤੁਸੀਂ ਬੰਦ ਕੀਤਾ ਨਾ, ਇਹੀ ਢੋਲ ਇਸ਼ਕ ਦਾ ਫਿਰ ਉਠੂਗਾ ਢੋਲ